ਇਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੈ ਲੱਗੇ ਡੁੱਬੇ ਸੇਵਣ ਜਾਰਿਆ ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੈ ਵਿਚਾਰਿਆ ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਤੇਰੇ ਕਬਨ ਕਬਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਨਾ ਸਾਕੁ ਤੂੰ ਠਾਕੁਰ ਊਚ ਭਗਵਾਨਾ ਤੇਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਧੰਨਵਾਹੀ ਗੁਰੂ ਸਾਹਿਬ ਜੀ ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉਠਣ ਪਾਸ ਤਿਗ ਤਿੰਨਾ ਦਾ ਜੀਵੇ ਆ ਜਿਨਾ ਵਿਡਾਣੀ ਆਸ ਫਰੀਦਾ ਰਾਤੀ ਵੱਡੀਆਂ ਤੁਕ ਤੋਂ ਖੋਠਣ ਪਾਸ ਤੇਗ ਤਿੰਨਾ ਦਾ ਜੀਵਿਆ ਜਿਨਾ ਵਿਡਾਣੀ ਆਸ ਜ਼ਬਰਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਵਿੱਤਰ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਰੂਪ ਵਿੱਚ ਪ੍ਰਾਪਤ ਹੋਈਆਂ ਅਮੁੱਲਕ ਕਣੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਵੱਡੇ ਪਹਾਗ ਹਨ ਸਤਿਗੁਰੂ ਜੀ ਨੇ ਮਿਹਰ ਕਰਕੇ ਇਹ ਕੀਮਤੀ ਸਮਾਂ ਬਖਸ਼ਦਿਆਂ ਹੋਇਆਂ ਸਤਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਹੁਤ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਜੁੜ ਕੇ ਆਪ ਜੀ ਸਹਿਜ ਪਾਠ ਦੀ ਸੰਥਿਆ ਦੇ ਰੂਪ ਵਿੱਚ ਬਾਣੀ ਨਾਲ ਸਾਂਝ ਬਣਾ ਰਹੇ ਸੋ ਇਹ ਸਭ ਤੋਂ ਉੱਤਮ ਵਸੀਲਾ ਹੈ ਇਹ ਸਭ ਤੋਂ ਉੱਤਮ ਜੁਗਤ ਹੈ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ ਜਿਵੇਂ ਕੋਈ ਸੋਨੇ ਦੇ ਮੰਦਰ ਉਸਾਰ ਦਵੇ ਬਣਾ ਦਵੇ ਇਨਾ ਪਰਉਪਕਾਰ ਇਨਾ ਪੁੰਨ ਕਿਸੇ ਇੱਕ ਸਿੱਖ ਨੂੰ ਗੁਰੂ ਦਾ ਸ਼ਬਦ ਸਿਖਾਉਣ ਦਾ ਹੈ। ਔਰ ਸਾਨੂੰ ਸਭਨਾਂ ਨੂੰ ਸਭ ਨੇ ਇਸ ਮਾਰਗ ਦੇ ਪੰਦੀ ਬਣਾਇਆ ਹੈ। ਕਿ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਜਿਹੜਾ ਆਪ ਇਸ ਰਾਹ ਤੇ ਤੁਰਦਿਆ ਹੋਇਆ ਦੂਜਿਆਂ ਨੂੰ ਵੀ ਇਸ ਰਾਹ ਉਤੇ ਤੁਰਨ ਦੀ ਪ੍ਰੇਰਣਾ ਕਰਦਾ ਹੈ। ਐਸੀ ਭਾਵਨਾ ਨਾਲ ਆਪ ਜੀ ਨਾਲ ਮਿਲ ਕੇ ਪਾਵਨ ਬਾਣੀ ਦੇ ਸਹਿਜ ਪਾਠ ਦੀ ਸੰθηਆ ਕਰ ਰਹੇ ਸੋ ਭਾਈ ਸਾਹਿਬ ਜੀ ਆਪ ਜੀ ਨੂੰ ਕਰਵਾ ਰਹੇ ਸਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਥੋਂ ਦੇ ਸਮੂੱਚੇ ਪ੍ਰਬੰਧ ਬਾਬਾ ਅਮਰਦੀਪ ਸਿੰਘ ਜੀ ਇਨਾਂ ਦੇ ਉਪਰਾਲੇ ਸਦਕਾ ਸ਼ੇਖ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਵਚਨਾਂ ਦੀ ਵਿਚਾਰ ਇਨਾਂ ਦਿਨਾਂ ਵਿੱਚ ਆਪ ਸੰਗਤ ਨਾਲ ਸਾਂਝੀ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ 20 ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਭਾਵਨ ਸਹਿਤ ਪਿਜਲੇ ਦਿਵਾਨਾਂ ਵਿੱਚ ਸਰਵਣ ਕੀਤੀ ਹੈ ਅੱਜ ਆਪਾਂ 21 ਨੰਬਰ ਤੋਂ ਲੈ ਕੇ 25 ਨੰਬਰ ਤੱਕ ਇਹ ਪੰਜ ਸਲੋਕ ਵਿਚਾਰਨੇ ਹਨ। ਆਓ ਸਤਿਗੁਰੂ ਮੇਰਾ ਮਤ ਕਰਨ ਜਿੱਥੇ ਭਾਵਨਾ ਸਹਿਤ ਆਪ ਜੀ ਪਹਿਲਾਂ ਵੀ ਗੁਰੂ ਚਰਨਾਂ ਵਿੱਚ ਜੁੜ ਬੈਠੇ ਸੋ ਕੁਝ ਸਮਾਂ ਹੋਰ ਸਤਿਗੁਰੂ ਜੀ ਦੇ ਦਰ ਘਰ ਦੀ ਹਾਜ਼ਰੀ ਭਰੀਏ ਮਨਵਿਰਤੀ ਕਾਗਰ ਕਰਦੇ ਆਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਸੇਖ ਫਰੀਦ ਸਾਹਿਬ ਜੀ ਨੇ ਬਹੁਤ ਪਿਆਰੀ ਸ਼ਬਦਾਵਲੀ ਵਿੱਚ ਸੌਕੇ ਟੰਗ ਨਾਲ ਇੱਕ ਕੀਮਤੀ ਉਪਦੇਸ਼ ਦੁਨੀਆਵੀ ਉਦਾਹਰਣਾਂ ਦਿੰਦਿਆਂ ਹੋਇਆਂ ਰੱਬ ਜੀ ਦੇ ਘਰ ਦਾ ਸਨੇਹਾ ਸਾਡੀ ਝੋਲੀ ਪਾਇਆ ਹੈ ਸੇਖ ਫਰੀਦ ਸਾਹਿਬ ਨੂੰ ਆਪ ਨੂੰ ਸ਼ੱਕਰਗੰਝ ਕਿਹਾ ਜਾਂਦਾ ਹੈ ਕਿਉਂਕਿ ਬੜੇ ਮਿੱਠਲੇ ਅੰਦਾਜ਼ ਵਿੱਚ ਉਨਾ ਰੱਬੀ ਸਨੇਹਾ ਸਾਡੇ ਤੱਕ ਪਹੁੰਚਾਇਆ ਹੈ। ਔਰ ਇਹਨਾਂ ਸਲੋਕਾਂ ਵਿੱਚ ਠੇਠ ਪੰਜਾਬੀ ਦੇ ਅੱਖਰ ਸਾਨੂੰ ਪੜਨ ਨੂੰ ਵਿਚਾਰਨ ਨੂੰ ਪ੍ਰਾਪਤ ਹੁੰਦੇ ਨੇ। ਅੱਜ ਦੇ ਜੋ ਮੁਬਾਰਕ ਸ਼ਲੋਕ ਹਨ 21 ਨੰਬਰ ਸ਼ਲੋਕ ਅੰਦਰ ਬਹੁਤ ਪਿਆਰੀ ਉਦਾਹਰਣ ਦਿੰਦਿਆਂ ਹੋਇਆਂ ਸਾਨੂੰ ਸਨੇਹਾ ਦਿੱਤਾ ਕਿ ਮਨੁੱਖੀ ਜੀਵਨ ਦੀ ਇੱਕ ਕਮਜ਼ੋਰੀ ਹੈ ਇਹ ਕਿਸੇ ਨਾ ਕਿਸੇ ਦੀ ਆਸ ਉੱਤੇ ਆਪਣੀ ਜ਼ਿੰਦਗੀ ਦਾ ਨਿਰਭਾਹ ਕਰਦਾ ਹੈ। ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਵਿੱਚ ਇਹ ਸ਼ਲੋਕ ਹੈ ਆਇਓ ਬੰਦਾ ਦੁਨੀਆ ਵਿੱਚ ਵਤ ਆਸੁਣੀ ਬਨ ਸੰਸਾਰ ਵਿੱਚ ਮਨੁੱਖ ਆਇਐ ਸਾਡੇ ਤ੍ਰੈਮਣ ਦੇਹਰੀ ਚੱਲੇ ਪਾਣੀ ਅੰਨ ਸਾਡੇ ਤਿੰਨ ਮਣ ਦੀ ਇਹ ਦੇਹੀ ਜਿਸ ਦੀ ਖੁਰਾਕ ਪਾਣੀ ਹੈ ਅੰਨ ਹੈ ਇਸ ਦੇ ਸਾਰੇ ਇਹ ਦੇਹੀ ਇਹ ਕਾਇਆ ਚੱਲਦੀ ਹੈ ਤੇ ਨਾਲ ਹੀ ਮਾਨਸਿਕ ਤਲ ਤੇ अनेका ਆਸਾਵਾਂ ਲੈ ਕੇ ਖੁਆਇਸਾਂ ਲੈ ਕੇ ਸੰਸਾਰ ਵਿੱਚ ਮਨੁੱਖ ਵਿਚਰ ਰਿਹਾ ਹੈ ਬਤ ਆਸੂਣੀ ਬੰਨ ਆਸਾ ਮਨ ਵਿੱਚ ਰੱਖਣੀ ਕੋਈ ਮਾੜੀ ਗੱਲ ਨਹੀਂ ਆਸਾਈ ਹੈ ਜਿਹੜੀ ਸਾਨੂੰ ਸੰਸਾਰ ਅੰਦਰ ਜੀਵਨ ਜੀਉਣ ਦਾ ਇੱਕ ਚਾਅ ਪੈਦਾ ਕਰਦੀ ਹੈ ਕਿਸੇ ਦੇ ਮਨ ਦੀ ਆਸ ਹੈ ਕਿ ਮੈਂ ਚੰਗਾ ਬਿਜ਼ਨਸ ਕਰਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਕੇ ਕਿਸੇ ਰੁਤਵੇ ਤੇ ਪਹੁੰਚਾ ਦੇਆ ਕੋਈ ਮਾੜੀ ਆਸ ਨਹੀਂ ਇਸ ਆਸ ਨਾਲ ਮਨੁੱਖ ਜ਼ਿੰਦਗੀ ਵਿੱਚ ਕਿਰਤ ਕਰਦਾ ਹੈ ਮਿਹਨਤ ਕਰਦਾ ਹੈ ਮਸੱਕਤ ਕਰਦਾ ਹੈ ਤੇ ਇਸ ਮੁਕਾਮ ਨੂੰ ਹਾਸਲ ਵੀ ਕਰਦਾ ਹੈ ਪਰ ਜਦੋਂ ਮਨੁੱਖ ਆਸ ਇੱਕ ਪ੍ਰਮਾਤਮਾ ਦੀ ਇੱਕ ਰੱਬ ਦੀ ਛੱਡ ਕੇ ਕਿਸੇ ਮਨੁੱਖ ਦੀ ਹੀ ਜਾਂ ਕਿਸੇ ਦੂਜੇ ਤੀਜੇ ਦੀ ਆਸ ਉੱਤੇ ਜੀਵਨ ਵਿੱਚ ਜੀਉਂਦਾ ਹੈ ਤਾਂ ਸਤਿਗੁਰੂ ਬਾਣੀ ਵਿੱਚ ਕਹਿੰਦੇ ਫਿਰ ਉਹ ਆਸ ਬਹੁਤੀ ਵਾਰੀ ਪੂਰੀ ਨਹੀਂ ਹੁੰਦੀ ਤੇ ਨਿਰਾਸ਼ਾ ਹੀ ਮਨੁੱਖ ਦੇ ਪੱਲੇ ਪੈਂਦੀ ਹੈ ਅੱਜ ਦੇ ਮਬਾਰਕ ਸ਼ਲੋਕ ਦਾ ਸਾਰੰਸ਼ ਇਹੀ ਹੈ ਸਤਿਗੁਰੂ ਪੰਚਮ ਗੁਰੂ ਦੇ ਪਿਤਾ ਮਹਾਰਾਜ ਨੇ ਇਸ ਬਾਬਤ ਸਾਨੂੰ ਬੜਾ ਕੀਮਤੀ ਫੈਸਲਾ ਦਿੰਦਿਆਂ ਜੀਵਨ ਦੀ ਸਿਹਤ ਦਿੱਤੀ ਰੋਜ਼ ਆਪਾਂ ਬਚਨ ਪੜ੍ਹਦੇ ਹਾਂ ਸਭ ਕਹਿੰਦੇ ਏਕ ਆਸ ਰੱਖੋ ਮਨ ਮਾਹੀਂ ਆਸ ਤੇ ਰੱਖ ਪਰ ਇੱਕ ਅਕਾਲ ਪੁਰਖ ਪਰਮਾਤਮਾ ਦੀ ਆਸ ਟੇਕ ਤੇਰੇ ਮਨ ਵਿੱਚ ਹੋਵੇ ਸਗਲ ਰੋਗ ਨਾਨਕ ਮਿਟ ਜਾਹੇ ਸਾਰੇ ਦੁੱਖ ਸਰਬ ਦੁੱਖ ਤੇਰੀ ਜ਼ਿੰਦਗੀ ਚੋਂ ਦੂਰ ਹੋ ਜਾਣਗੇ ਜੇ ਇੱਕ ਦੀ ਆਸ ਰੱਖੇਗਾ ਤੇ ਜੇ ਇੱਕ ਦੀ ਆਸ ਮਨ ਵਿੱਚ ਨਾ ਹੋਈ ਤੇ ਸਾਹਿਬ ਉਸੇ ਬਾਣੀ ਵਿੱਚ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਬਜਾਨ ਮਨੁੱਖਾਂ ਦੀ ਜਿੰਨੀ ਟੇਕ ਹੈ ਇਹ ਬੇਅਰਥ ਹੈ ਇਹ ਨਿਫਲ ਹੈ ਇੱਕ ਦੀ ਆਸ ਸਦਾ ਪੂਰੀ ਹੋਏਗੀ ਜੇ ਇੱਕ ਦੇ ਚਰਨਾਂ ਵਿੱਚ ਆਪਣੀ ਆਸ ਰੱਖੇਗਾ ਤੇ ਜੇ ਕੱਲਾ ਮਨੁੱਖਾਂ ਦੀ ਦੁਨੀਆਵੀ ਲੋਕਾਂ ਦੀ ਆਸ ਤੇਰੇ ਮਨ ਵਿੱਚ ਹੋਏਗੀ ਤੇ ਤੈਨੂੰ ਸਿਰਫ ਨਿਰਾਸ਼ਾ ਪੱਲੇ ਪਏਗੀ ਸਭ ਨੇ ਸੰਸਾਰ ਦੀਆਂ ਬੇਅੰਤ ਉਦਾਹਰਣਾਂ ਦੇ ਕੇ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਰੋਜ ਆਸਾ ਕੀ ਬਾਾਰ ਦਾ ਕੀਰਤਨ ਸਰਵਣ ਕਰਦੇ ਹਾਂ ਜਿੱਥੇ ਸਭ ਸੱਚੇ ਪਾਤਸ਼ਾਹ ਕਹਿੰਦੇ ਬਾਹਰੀ ਤੌਰ ਤੇ ਤੈਨੂੰ ਲੱਗਦਾ ਹੋਣਾ ਕਿ ਦੁਨੀਆ ਦੀ ਚਮਕ-ਦਮਕ ਜਿਹੜੀ ਹੈ ਇਹ ਪ੍ਰਭਾਵਿਤ ਕਰਦੀ ਹੈ ਤੇ ਇਥੋਂ ਮੇਰੀ ਆਸ ਪੂਰੀ ਹੋ ਸਕਦੀ ਹੈ ਪਰ ਇਹ ਏਵੇਂ ਹੈ ਜਿਵੇਂ ਇੱਕ ਤੋਤਾ ਜਿਵੇਂ ਇੱਕ ਪੰਛੀ ਬੜੀ ਦੂਰੋਂ ਘੁੰਮਦਿਆਂ ਉੜਦਿਆਂ ਉਡਾਉਂਦਿਆਂ ਇੱਕ ਪੀੜ ਇੱਕ ਦਰਖਤ ਉੱਤੇ ਆ ਕੇ ਬੈਠ ਗਿਆ ਉਸੇ ਸਿੰਮਲ ਦਾ ਤੇ ਮਨ ਅੰਦਰ ਇੱਕ ਆਸ ਲੈ ਕੇ ਆਇਆ ਕਿ ਬਾਕੀ ਪੀੜ ਤਾਂ ਛੋਟੇ ਨੇ ਆਕਾਰ ਵਜੋਂ ਛੋਟੇ ਹਨ ਸਿੰਮਲ ਦਾ ਰੁੱਖ ਸਭ ਤੋਂ ਵੱਡਾ ਹੈ ਸਭ ਤੋਂ ਉੱਚਾ ਹੈ ਤੇ ਐਡਾ ਉੱਚਾ ਪੱਤੇ ਇੰਨੇ ਸੁਹਾਵਣ ਨੇ ਇਹਦੇ ਫਲ ਕਿੰਨੇ ਸਵਾਦਲੇ ਹੋਣਗੇ ਮੇਰੀ ਸਾਰੀ ਭੁੱਖ ਇੱਥੇ ਆ ਕੇ ਮਿਟ ਜਾਣੀ ਹੈ ਤ੍ਰਿਪਤੀ ਹੋ ਜਾਏਗੀ ਸਾਨ ਗੁਰੂ ਨਾਨਕ ਪਤਾ ਮਹਾਰਾਜ ਕਹਿੰਦੇ ਜਦੋਂ ਇਸ ਆਸ ਨਾਲ ਤੋਤਾ ਆ ਕੇ ਉਸ ਸਿੰਮਲ ਦੇ ਦਰਖਤ ਉੱਤੇ ਆ ਕੇ ਪੇੜ ਉੱਤੇ ਬੈਠਦਾ ਹੈ ਨਾ ਥੋੜਾ ਚਿਰ ਆਰਾਮ ਕਰਨ ਤੋਂ ਬਾਅਦ ਜਦੋਂ ਫਲ ਨੂੰ ਆਪਣੀ ਚੁੰਝ ਮਾਰਦਾ ਹੈ ਇੱਕ ਫਲ ਨੂੰ ਚੁੰਝ ਮਾਰ ਕੇ ਉਹਨੇ ਚੱਖਣ ਦਾ ਯਤਨ ਕੀਤਾ ਤੇ ਸਾਰਾ ਅੰਦਰ ਦਾ ਭੁਲੇਖਾ ਭਰਮ ਜਿਹੜਾ ਸੀ ਉਹ ਬਾਹਰ ਆ ਗਿਆ ਅਸਲੀਅਤ ਸਾਹਮਣੇ ਆ ਗਈ ਜਿਸ ਆਸ ਨਾਲ ਆਇਆ ਸੀ ਸਿੰਮਲ ਰੁਖ ਸਰਾਇਰਾ ਅਤ ਦੀਰਗ ਅਤ ਮੁਝ ਸਰਾਇਰਾ ਸਿੰਮਲ ਦਾ ਪੀੜ ਜਿਹੜਾ ਬੜਾ ਵੱਡਾ ਹੈ ਉੱਚਾ ਹੈ ਅਤ ਦੀਰਗ ਅਤ ਮੁਝ ਸਭ ਕਹਿੰਦੇ ਓਏ ਜੇ ਆਵੇ ਆਸ ਕਰ ਆਸ ਕਰਕੇ ਤੇ ਆਏ ਸਨ ਪਰ ਜਾਹੇ ਨਿਰਾਸ਼ੇ ਕੇ ਤ ਸਾਨੂੰ ਵੀ ਲੱਗਦਾ ਸਾਡੀ ਜ਼ਿੰਦਗੀ ਦੇ ਦੁੱਖੜੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸ਼ਬਦ ਗੁਰੂ ਤੋਂ ਇਲਾਵਾ ਇੱਕ ਅਕਾਲ ਪੁਰਖ ਪਰਮਾਤਮਾ ਤੋਂ ਇਲਾਵਾ ਕੋਈ ਹੋਰ ਦੂਜਾ ਕੱਢ ਸਕਦਾ ਹੈ ਹੋਰ ਕੋਈ ਦੂਜਾ ਮੇਠ ਸਕਦਾ ਹੈ ਕਿਸੇ ਹੋਰ ਕੋਲ ਜਾ ਕੇ ਸਾਡੀ ਜ਼ਿੰਦਗੀ ਦਾ ਮਸਲਾ ਹੋ ਸਕਦਾ ਹੈ ਤੇ ਪੰਚਮ ਗੁਰਦੇ ਪਿਤਾ ਮਹਾਰਾਜ ਨੇ ਭੁਲੇਖਾ ਦੂਰ ਕੀਤਾ ਕਹਿੰਦੇ ਭਾਈ ਅੱਜ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਨੂੰ ਲੈ ਕੇ ਕਿਸੇ ਜੋਤਸੀ ਕੋਲ ਕਿਸੇ ਪਾਂਡੇ ਕੋਲ ਕਿਸੇ ਕਿਸੇ ਕੋਲ ਜਾ ਕੇ ਤੂੰ ਸਾਂਝ ਪਾਉਂਦੇ ਤੈਨੂੰ ਪਤਾ ਵੀ ਜੀਵਨ ਦਿੱਤਾ ਕਿੰਨੇ ਆ ਤੁਸੀਂ ਸੰਸਾਰਿਕ ਤੌਰ ਤੇ ਵੇਖੋ ਜਿਹੜੀ ਚੀਜ਼ ਜਿਸ ਮਟੀਰੀਅਲ ਚੋਂ ਬਣੀ ਹੋਵੇ ਜਿੱਥੋਂ ਬਣੀ ਹੋਵੇ ਨਾ ਉਹਦੀ ਰਿਪੇਅਰਿੰਗ ਦੇ ਜਿਹੜੇ ਦਰਵਾਜੇ ਨੇ ਉਥੇ ਹੀ ਖੁੱਲੇ ਹੁੰਦੇ ਹਨ ਕੋਈ ਗੱਡੀ ਕਿਸੇ ਕੰਪਨੀ ਨੇ ਤਿਆਰ ਕੀਤੀ ਕੋਈ ਨੁਕਸ ਪਏ ਤੇ ਉਹਦੇ ਪਾਰਟਸ ਉਸੇ ਕੰਪਨੀ ਨੇ ਤਿਆਰ ਕੀਤੇ ਹੁੰਦੇ ਹਨ ਅਸੀਂ ਦੌੜ ਕੇ ਜਾਂਦੇ ਆ ਸਾਨੂੰ ਪਤਾ ਵੀ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ ਇਥੋਂ ਹੀ ਸਾਡੀ ਪ੍ਰੋਬਲਮ ਹੱਲ ਹੋ ਸਕਦੀ ਹੈ ਤੇ ਪੰਚਮ ਪਿਤਾ ਮਹਾਰਾਜ ਕਹਿੰਦੇ ਦੁੱਖ ਸੁੱਖ ਆਸਾਵੇਂ ਸਾਰਾ ਕੁਝ ਸਾਡੇ ਜੀਵਨ ਨਾਲ ਜੁੜਿਆ ਤੇ ਜੀਵਨ ਕਿੱਥੋਂ ਆਇਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਰੋਜ ਪੜਦੇ ਆਪ ਜੀ ਮੁਖਵਾਕ ਰੂਪੇ ਸੁਣਦੇ ਇਹ ਤਨ ਵੀ ਇਹ ਮਨ ਵੀ ਇਹ ਧਨ ਵੀ ਇਹ ਜੀਵਨ ਸਾਰਾ ਪ੍ਰਮਾਤਮਾ ਦਾ ਹੀ ਦਿੱਤਾ ਹੈ ਵਾਹਿਗੁਰੂ ਨੇ ਸਾਜਿਆ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੰਨਨ ਖਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਣ ਸੁਜਾਨੀ ਤੇ ਜੇ ਅੱਜ ਮਨ ਅੰਦਰ ਕੋਈ ਆਸ ਪੈਦਾ ਹੋਈ ਹੈ ਕਿਸੇ ਪ੍ਰਾਪਤੀ ਦੀ ਜ਼ਰੂਰਤ ਹੈ ਕੋਈ ਕੁਝ ਬੰਦਾ ਜ਼ਿੰਦਗੀ ਵਿੱਚ ਦੁੱਖ ਸੁੱਖ ਕਰਕੇ ਪਰੇਸ਼ਾਨ ਹੈ ਜੀਵਨ ਵਿੱਚ ਤੇ ਕਿੱਥੇ ਜਾ ਕੇ ਪੁਕਾਰ ਕਰੇ ਜੀ ਮਹਾਰਾਜ ਕਹਿੰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦਨੀ ਕੀ ਖਟਾਨੀ ਜਿੱਥੋਂ ਕੋਈ ਚੀਜ਼ ਬਣੀ ਹੈ ਉਹਦੀ ਰਿਪੇਅਰਿੰਗ ਉੱਥੇ ਜਾ ਕੇ ਹੋ ਸਕਦੀ ਹੈ ਜੇ ਤਨ ਮਨ ਧਨ ਸਭ ਪਰਮਾਤਮਾ ਦਾ ਦਿੱਤਾ ਹੈ ਰੱਬ ਜੀ ਦਾ ਦਿੱਤਾ ਹੈ ਤੇ ਅਸੀਂ ਮਨੁੱਖ ਕੋਲ ਜਾ ਕੇ ਪੁਕਾਰ ਕਰਾਂਗੇ ਨਾ ਤੇ ਸਾਡੀ ਹਾਲਤ ਐਵੇਂ ਦੀ ਹੋ ਜੇਗੀ ਦਵਾਰੇ ਦਵਾਰ ਸਵਾਨ ਜਿਉ ਡੋਲਤ ਨੈ ਸੁਧ ਰਾਮ ਭਜਨ ਕੀ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਜਿਵੇਂ ਇੱਕ ਕੁੱਤਾ ਥਾਂ ਥਾਂ ਤੇ ਭਟਕਦਾ ਇੱਕ ਮਾਲਕ ਦਾ ਨਾ ਹੋਣ ਕਰਕੇ ਕਬੀਰ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ ਆਪਾਂ ਹੱਲੇ ਇੱਕ ਦੀ ਆਸ ਉੱਤੇ ਗੱਲ ਕਰ ਰਹੇ ਹਾਂ ਪਹਿਲੇ ਸ਼ਲੋਕ ਵਿੱਚ ਉਹ ਕਹਿੰਦੇ ਦੋ ਤਰ੍ਹਾਂ ਦੇ ਕੂਕਰ ਤੁਹਾਨੂੰ ਸੰਸਾਰ ਵਿੱਚ ਮਿਲਣਗੇ ਇੱਕ ਤੇ ਕੁੱਤਾ ਉਹ ਹੈ ਜਿਹਦੇ ਗਲ ਵਿੱਚ ਕਿਸੇ ਦਾ ਪੱਟਾ ਪਿਆ ਹੋਇਆ ਹੈ ਮਾਲਕ ਦਾ ਕੁੱਤਾ ਹੈ ਜਿਸ ਵੇਲੇ ਵੀ ਮਾਲਕ ਉਹਨੂੰ ਲੈ ਕੇ ਬਾਜ਼ਾਰ ਵਿੱਚ ਨਿਕਲਦਾ ਹੈ ਨਾ ਕਈ ਕੁੱਤੇ ਹੋਰ ਆਲਤੂ ਫਾਲਤੂ ਭੌਂਕਦੇ ਨੇ ਉਹਨੂੰ ਕਾਬੂ ਕਰਨਾ ਚਾਹੁੰਦੇ ਪਰ ਇੱਕ ਵਾਰ ਕਿਹੜੀ ਜੀ ਅੱਖ ਨਾਲ ਜਦੋਂ ਮਾਲਕ ਵੇਖਦਾ ਹੈ ਤੇ ਸਾਰੇ ਭੱਜ ਜਾਂਦੇ ਸਾਰੇ ਭੱਜ ਜਾਂਦੇ ਕਿਸੇ ਦੀ ਔਕਾਤ ਨਹੀਂ ਵੀ ਇਹਨੂੰ ਕੋਈ ਛੇੜ ਸਕੇ ਤੇ ਇੱਕ ਕੁੱਤਾ ਉਹ ਹੈ ਜਿਹਦੇ ਗਲ ਵਿੱਚ ਕਿਸੇ ਦਾ ਪੱਟਾ ਨਹੀਂ ਆਵਾਰਾ ਹੈ ਦਰਦਰ ਦੀਆਂ ਠੋਕਰਾਂ ਖਾਣ ਵਾਲਾ ਜਦੋਂ ਉਹ ਬਾਜ਼ਾਰ ਵਿੱਚ ਨਿਕਲਦਾ ਤੇ ਕਿੰਨੇ ਕੂਕਰ ਆ ਕੇ ਚਾਰੇ ਪਾਸਿਓਂ ਘੇਰ ਲੈਂਦੇ ਆ ਉਹਨੂੰ ਆਪਣੀ ਪੂੰਛ ਲੱਤਾਂ ਵਿੱਚ ਦੇ ਕੇ ਨਾ ਇਹ ਅਧੀਨਗੀ ਮੰਨ ਕੇ ਤੇ ਉਥੋਂ ਬੜੀ ਨਮਿਉਸੀ ਨਾਲ ਉਸ ਥਾਂ ਤੋਂ ਗੁਜ਼ਰਨਾ ਪੈਂਦਾ ਉਹਨਾਂ ਸਾਰਿਆਂ ਦੀ ਈਨ ਮੰਨਣੀ ਪੈਂਦੀ ਆ ਵੀ ਮੈਂ ਤੁਹਾਡੇ ਅੱਗੇ ਝੁਕ ਰਿਹਾ ਹਾਂ ਹੁਣ ਦੋਮਾ ਚ ਕਿੰਨਾ ਫਰਕ ਹੈ ਇੱਕ ਅੱਧੀ ਮਾਲਕ ਦੇਖਦੇ ਕਰਦਾ ਟਾਈਮ ਟੂ ਟਾਈਮ ਨੂੰ ਟੀਕੇ ਲੱਗਦੇ ਨੇ ਉਹਦਾ ਇਲਾਜ ਹੁੰਦਾ ਕੋਈ ਪ੍ਰੋਬਲਮ ਆ ਜੇ ਤੇ ਕਈ ਵਿਚਾਰੇ ਜਿਹੜੇ ਨੇ ਉਹ ਰਿਲਦੇ ਰਿਲਦੇ ਜਖਮ ਕਰਕੇ ਬਿਮਾਰੀਆਂ ਕਰਕੇ ਮਰ ਜਾਂਦੇ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਵੀ ਨਹੀਂ ਹੁੰਦਾ ਕਬੀਰ ਸਾਹਿਬ ਕਹਿੰਦੇ ਕੋਈ ਕੁੱਤਿਆਂ ਨੂੰ ਉਪਦੇਸ਼ ਨਹੀਂ ਆ ਬਾਣੀ ਵਿੱਚ ਇਹ ਗੱਲ ਸਾਡੀ ਚੱਲ ਰਹੀ ਹੈ ਸਾਰੀ ਜਿਨ੍ਹਾਂ ਦੇ ਗਲ ਅੰਦਰ ਮਾਲਕ ਪ੍ਰਮਾਤਮਾ ਦੇ ਹੁਕਮ ਦਾ ਪੱਟਾ ਹੈ ਉਹਦੀ ਆਸ ਹੈ ਸਿਰਫ ਮਨ ਵਿੱਚ ਉਹਨਾਂ ਨੂੰ ਦਰ ਦਰ ਤੇ ਕਦੇ ਠੋਕਰਾਂ ਨਹੀਂ ਖਾਣੀਆਂ ਪੈਂਦੀਆਂ ਇੱਕ ਦੇ ਹੋਣ ਵਾਲਿਆਂ ਦੀ ਹਰ ਤਰ੍ਹਾਂ ਦੀ ਆਸ ਇੱਕ ਦੇ ਦਰ ਤੋਂ ਹਮੇਸ਼ਾ ਪੂਰੀ ਹੁੰਦੀ ਹੈ ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅੰਦਰ ਇੱਕ ਦਾ ਪੱਲਾ ਛੱਡ ਦਿੱਤਾ ਮਹਾਰਾਜ ਕਹਿੰਦੇ ਜਿਉ ਕੂਕਰ ਹਰ ਕਾਇਆ ਤਾਵੇ ਦੇ ਦਿਸ ਜਾਏ ਲੋਭੀ ਜੰਤ ਨਾ ਜਾਣੀ ਭਾਖਾ ਭਖ ਸਭ ਖਾਏ ਪਰ ਜਿੰਨੇ ਇੱਕ ਦੀ ਆਸ ਰੱਖੀ ਕਬੀਰ ਸਾਹਿਬ ਕਹਿੰਦੇ ਕੂਕਰ RAM ਕੋ ਮਤੀਆ ਮੇਰੋ ਨਾਉ ਗਲੇ ਹਮਾਰੇ ਜੇਬਰੀ ਜਹ ਖਿੰਚੈ ਤਹ ਜਾਉ ਜਿੱਦਰ ਖਿੱਚਦਾ ਰੱਬ ਮੈਂ ਆਪਣਾ ਸਮੂਚਾ ਜੀਵਨ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਜਿੱਦਰ ਉਹ ਖਿੱਚਦਾ ਉਧਰ ਮੈਂ ਹੁਣ ਜਾਂਦਾ ਇਸ ਕਰਕੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਏ ਸੁਗੜ ਸੁਜਾਨੀ ਜੇ ਅੱਜ ਅੰਦਰ ਕੋਈ ਵਿਰਥਾ ਪੈਦਾ ਹੋ ਰਹੀ ਹੈ ਕੋਈ ਆਸ ਹੈ ਤੇ ਸਤਿਗੁਰੂ ਕਹਿੰਦੇ ਮਨੁੱਖਾਂ ਕੋਲ ਜਾ ਕੇ ਕਿਉਂ ਰੋਣਾ ਹੈ ਜਦੋਂ ਮਨੁੱਖਾਂ ਕੋਲ ਜਾਂਦਾ ਹੈ ਨਾ ਜਿਸ ਮਾਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ ਜਿਹਦੇ ਕੋਲ ਮੈਂ ਆਪਣੀ ਪੁਕਾਰ ਕਰਨ ਗਿਆ ਉਤੇ ਆਪ ਹੀ ਦੁੱਖਾਂ ਨਾਲ ਭਰਿਆ ਹੋਇਆ ਹੈ ਖਬਰੇ ਪਤਾ ਨਹੀਂ ਉਹਦੀ ਆਪਣੀ ਕਿੰਨੀ ਲੰਮੀ ਚੌੜੀ ਲਿਸਟ ਹੈ ਤੇ ਅਸੀਂ ਜਾ ਕੇ ਹੋਰ ਬੋਝ ਪਾ ਦਿੱਤਾ ਇਸ ਕਰਕੇ ਸਾਬ ਕਹਿੰਦੇ ਉਹਦੇ ਅੱਗੇ ਪੁਕਾਰ ਕਰ ਜਿਹਦੇ ਕੋਲ ਸਭ ਕੁਝ ਹੈ ਜਿਸ ਦੇ ਦਰ ਤੇ ਆ ਕੇ ਤੇਰੀ ਇੱਛਾ ਵੀ ਪੂਰੀ ਹੋਏਗੀ ਗੁਰਮਰਦਾਸ ਜੀ ਨੇ ਕਮਾਲ ਕੀਤੀ ਮਹਾਰਾਜ ਕਹਿੰਦੇ ਵੈਸੇ ਤਾਂ ਦੁਨੀਆਵੀ ਤੌਰ ਤੇ ਜਿੰਨੇ ਵੀ ਮਨੁੱਖ ਨੇ ਨਾ ਹਰ ਇੱਕ ਬੰਦੇ ਨੇ ਕਿਸੇ ਨਾ ਕਿਸੇ ਮਹਿਕਮੇ ਵਿੱਚ ਬੜੀਆਂ ਤਰੱਕੀਆਂ ਹਾਸਲ ਕੀਤੀਆਂ ਨੇ ਆਮ ਜੀਵਨ ਵਿੱਚ ਅਸੀਂ ਇੱਕ ਗੱਲ ਉਸ ਬੰਦੇ ਦੇ ਨਾਲ ਕਹਿੰਦੇ ਆ ਜਿਹੜਾ ਬਹੁਤ ਵੱਡੇ ਰਤਵੇ ਤੇ ਪਹੁੰਚਿਆ ਹੋਵੇ ਅਸੀਂ ਕਹਿੰਦੇ ਆ ਵੀ ਇਹ ਬਹੁਤ ਕੁਝ ਜਾਣਦਾ ਹੈ ਦੂਜਾ ਸ਼ਬਦ ਉਹਦੀ ਜਾਣਕਾਰੀ ਦਾ ਦਾਇਰਾ ਬਹੁਤ ਜ਼ਿਆਦਾ ਹੋਵੇ ਸੀ ਕਹਿੰਦੇ ਇਹਨੂੰ ਬੜੀ ਨੌਲੇਜ ਹੈ ਬਹੁਤ ਕੁਝ ਜਾਣਦਾ ਜਿਹਦੇ ਕੋਲ ਪਦਾਰਥ ਦੇ ਢੇਰ ਲੱਗੇ ਹੋਣ ਅਸੀਂ ਕਹਿ ਦਿੰਦੇ ਆ ਇਹਦੇ ਕੋਲ ਬਹੁਤ ਕੁਝ ਹੈ ਪਦਵੀਆਂ ਨੇ ਧਨ ਦੌਲਤ ਹੈ ਸੰਪਦਾ ਹੈ ਨੌਕਰ ਚਾਕਰਾਂ ਦੀ ਕਮੀ ਨਹੀਂ ਆਮ ਸ਼ਬਦਾਂ 'ਚ ਕਹਿੰਦੇ ਆ ਵੀ ਇਹ ਤੇ ਬੜਾ ਅਮੀਰ ਬੰਦਾ ਇਹਦੇ ਕੋਲ ਤਾਂ ਬਹੁਤ ਕੁਝ ਹੈ ਪਰ ਕੋਈ ਦੁਨੀਆ ਦਾ ਐਸਾ ਜਿਹਦੇ ਬਾਬਤ ਅਸੀਂ ਕਹਿ ਸਕੀਏ ਇਹਦੇ ਕੋਲ ਸਭ ਕੁਝ ਹੈ ਕੋਈ ਹੈਸਾ ਕੋਈ ਨਹੀਂ ਕੋਈ ਵੱਡੇ ਤੋਂ ਵੱਡੇ ਮੱਲਾ ਮਾਰਨ ਵਾਲਾ ਰਤਵਿਆਂ ਤੇ ਪਹੁੰਚਿਆ ਹੋਇਆ ਮਨੁੱਖ ਕਿਸੇ ਬਾਬਤ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਕੋਲ ਸਭ ਕੁਝ ਹੈ ਬਹੁਤ ਕੁਝ ਵਾਲੇ ਸੰਸਾਰ ਵਿੱਚ ਬੜੇ ਮਿਲ ਜਾਣਗੇ ਪਰ ਭਲਿਓ ਆਪਣੇ ਸਿਦਕ ਨੂੰ ਕਦੇ ਡੁਲਾਈਏ ਨਾ ਕਦੇ ਨਾ ਡੁਲਾਈਏ ਸਭ ਕੁਝ ਜਿਹਦੇ ਘਰ ਵਿੱਚ ਹੈ ਨਾ ਗੁਰੂ ਅਮਰਦਾਸ ਪਿਤਾ ਮਹਾਰਾਜ ਕਹਿੰਦੇ ਉਹ ਤਾਂ ਇੱਥੇ ਆ ਕੇ ਕਹਿ ਸਕਦੇ ਆ ਮਾਣ ਨਾਲ ਸਾਜਨੋਂ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਮਾਣ ਮੰਗੋਂ ਤਾਣ ਮੰਗੋਂ ਧਨ ਲਖਮੀ ਸੁਤ ਦੇ ਇੱਥੇ ਸਵਾਲ ਖੜਾ ਹੁੰਦਾ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹੇ ਸੋ ਪਾਵੇ ਤੇਰੇ ਘਰ ਵਿੱਚ ਤੇ ਸਾਰਾ ਕੁਝ ਪਿਆ ਹੋਇਆ ਤੇਰੇ ਘਰ ਵਿੱਚ ਕਿਸੇ ਚੀਜ਼ ਦਾ ਟੋਟਾ ਨਹੀਂ ਕੋਈ ਸਵਾਲ ਹੀ ਨਹੀਂ ਖੜਾ ਹੋ ਸਕਦਾ ਵੀ ਇਹ ਚੀਜ਼ ਤੇਰੇ ਘਰ ਵਿੱਚ ਨਹੀਂ ਹੈ ਸਾਰਾ ਕੁਝ ਤੇਰੇ ਘਰ 'ਚ ਜੇ ਐਸ ਲਈ ਸਭ ਸੱਚੇ ਪਾਤਸ਼ਾਹ ਕਹਿੰਦੇ ਮਾਨੁਖ ਕੀ ਟੇਕ ਵਰਤੀ ਸੁਬਜਾਨ ਦੇਵਨ ਕਉ ਏਕੈ ਭਗਵਾਨ ਦੁਨੀਆ ਤੋਂ ਮੰਗੇਗਾ ਆਸ ਰੱਖੇਗਾ ਕੋਈ ਜਿੰਨੇ ਦਿੱਤਾ ਜੇ ਕਿ ਕੱਲ ਨੂੰ ਇਹ ਮੈਨੂੰ ਵਾਪਸ ਮੋੜੇ ਜੇ ਨਹੀਂ ਵਾਪਸ ਮੋੜਨ ਜੋਗਾ ਤੇ ਉਹਨੇ ਫਿਰ ਆਸ ਰੱਖਣੀ ਹੈ ਕਿ ਜਿੰਨੀ ਵਾਰੀ ਵੀ ਮੇਰੇ ਸਾਹਮਣੇ ਲੰਗੇ ਨਾ ਸਿਰ ਨੀਵਾ ਕਰਕੇ ਜਾਏ ਕਿਉਂਕਿ ਮੈਂ ਇਹਨੂੰ ਦਿੱਤਾ ਹੈ ਪਰਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਸ ਪ੍ਰਮਾਤਮਾ ਦੇ ਚਰਨਾਂ ਦੀ ਆਸ ਰੱਖਣ ਲਈ ਮੈਂ ਤੈਨੂੰ ਕਹਿੰਦਾ ਉਹਦੇ ਕੋਲ ਦਾਤਾਂ ਇੰਨੀਆਂ ਨੇ ਕਿ ਜਿਸ ਕੈ ਦੀਏ ਰਹੇ ਅਗਾਏ ਅਗਾਏ ਦਾ ਮੀਨਿੰਗ ਹੈ ਤ੍ਰਿਪਤ ਹੋ ਜਾਣਾ ਰਜ ਜਾਣਾ ਬਹੁਰ ਨਾ ਤ੍ਰishna ਲਾਗੇ ਆਏ ਉਹਦੇ ਦਿੱਤੇ ਨਾਲ ਤੂੰ ਰਜ ਜਾਏਗਾ ਮੁੜ ਕੇ ਤੈਨੂੰ ਜੀਵਨ ਵਿੱਚ ਕਦੇ ਤ੍ਰishna ਨਹੀਂ ਵਿਆਪਣੀ ਤੇ ਜਿਨ੍ਹਾਂ ਨੇ ਸਦਕ ਨਾਲ ਇੱਕ ਦੀ ਟੇਕ ਤੱਕੀ ਉਹਨਾਂ ਆਪਣਾ ਸਮੂਚਾ ਜੀਵਨ ਇੱਕ ਦੇ ਚਰਨਾਂ ਵਿੱਚ ਹੀ ਸਮਰਪਿਤ ਕਰ ਦਿੱਤਾ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਆਪ ਜੀ ਨੇ ਬਹੁਤ ਭਾਵਨ ਸਿਤ ਪ੍ਰਕਾਸ਼ ਬ੍ਰਹਮਣਾਇਆ ਇਤਿਹਾਸ ਵਿੱਚ ਮੈਂ ਜ਼ਿਕਰ ਪੜ ਰਿਹਾ ਹਾਂ ਕਹਿੰਦੇ ਇੱਕ ਦਿਨ ਦੀ ਘਟਨਾ ਤਕਰੀਬਨ ਅੱਧੀ ਰਾਤ ਦਾ ਸਮਾਂ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਨਾ ਗੋਵਿੰਦ ਵਾਲ ਸਾਹਿਬ ਦੀ ਧਰਤੀ ਤੇ ਬੌਲੀ ਤਿਆਰ ਕੀਤੀ ਸੀ ਕਿਉਂਕਿ ਉਸ ਵੇੜੇ ਪੁਜਾਰੀ ਸ੍ਰੇਣੀ ਨੇ ਵਰਣਵੰਡ ਕਰਦਿਆਂ ਹੋਇਆਂ ਇਸ ਹੱਦ ਤੱਕ ਲੋਕਾਂ ਅੰਦਰ ਵਿਤਕਰੇ ਖੜੇ ਕਰ ਦਿੱਤੇ ਕਿ ਰੱਬ ਵੱਲੋਂ ਬਣਾਈਆਂ ਦਾਤਾਂ ਵੀ ਵੰਡ ਦਿੱਤੀਆਂ ਕੁਦਰਤੀ ਸੋਰਸ ਜਿਹੜੇ ਸਨ ਉਹਨਾਂ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਪਾਣੀ ਜਿੱਦਰਲੇ ਪਾਸੇ ਉਹ ਕੁਦਰਤੀ ਰੂਪ ਵਿਚ ਆ ਰਿਹਾ ਸਭ ਤੋਂ ਪਹਿਲਾਂ ਉੱਥੇ ਬ੍ਰਾਹਮਣ ਨੇ ਇਸ਼ਨਾਨ ਕਰਨਾ ਹੈ ਦੂਜੇ ਨੰਬਰ ਉੱਤੇ ਖੱਤਰੀ ਨੇ ਕਰਨਾ ਹੈ ਤੀਜੇ ਨੰਬਰ ਉੱਤੇ ਵੈਸ਼ ਨੇ ਤੇ ਚੌਥੇ ਨੰਬਰ ਉੱਤੇ ਸੂਦਰ ਨੇ ਕਰਨਾ ਹੈ ਫਿਰ ਸੂਦਰ ਲਈ ਕੋਈ ਥਾਂ ਨਹੀਂ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਬਖਸ਼ਿਸ਼ ਕੀਤੀ ਸਿੱਖਾਂ ਨੂੰ ਹੁਕਮ ਕਰਕੇ ਬੌਲੀ ਤਿਆਰ ਕਰਵਾਈ ਕਿਉਂਕਿ ਗੁਰੂ ਅਮਰਦਾਸ ਜੀ ਨੇ ਜਿਹੜੀ ਗੱਲ ਸਤਿਗੁਰੂ ਦੇ ਘਰੋਂ ਪਹਿਲੇ ਜਾਮੇ ਵਿੱਚ ਨਿਕਲੀ ਨਾ ਕੋ ਹਿੰਦੂ ਨਾ ਮੁਸਲਮਾਨ ਜੋ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਗੁਰਮਰਦਾਸ ਜੀ ਨੇ ਮਿਹਰ ਕੀਤੀ ਸਾਡਾ ਭਗਵਾਨ ਵੀ ਇੱਕ ਕੀਤਾ ਸਾਰੇ ੴ ਦਾ ਪੂਜਾ ਕਰਨ ਇੱਕ ਦੇ ਚਰਨਾਂ ਵਿੱਚ ਝੁਕਣਾ ਸਾਡਾ ਪਕਵਾਨ ਵੀ ਇੱਕ ਕਰ ਦਿੱਤਾ ਕੇ ਗੁਰੂ ਚਰਨਾਂ ਵਿੱਚ ਆਉਣ ਵਾਲਾ ਪਹਿਲਾਂ ਪੰਗਤ ਵਿੱਚ ਬੈਠ ਕੇ ਇੱਕੋ ਕਤਾਰ ਵਿੱਚ ਰਾਜਾ ਅਕਬਰ ਹੋਵੇ ਭਾਵੇਂ ਤੇ ਆਮ ਬੰਦਾ ਹੋਵੇ ਇੱਕ ਕਤਾਰ ਵਿੱਚ ਬੈਠ ਕੇ ਪ੍ਰਸ਼ਾਦਾ ਛੱਕ ਕੇ ਆਏ। ਭਗਵਾਨ ਇੱਕ, ਪਕਵਾਨ ਇੱਕ ਤੇ ਸਤਿਗੁਰ ਨੇ ਗੁਰੂ ਅਮਰਦਾਸ ਮਹਾਰਾਜ ਨੇ ਮਿਹਰ ਕੀਤੀ ਇਸ਼ਨਾਨ ਵੀ ਇੱਕ ਕਰ ਦਿੱਤਾ। ਇੱਕੋ ਥਾਂ ਬੌਲੀ ਤੋਂ ਸਾਰੇ ਇਸ਼ਨਾਨ ਕਰਦੇ ਨੇ ਸਤਿਗੁਰ ਦੀ ਖੁਸ਼ੀ, ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ। ਤੇ ਬੋਲੀ ਦੀ ਉਹਨਾਂ ਦਿਨਾਂ ਵਿੱਚ ਸੇਵਾ ਚੱਲ ਰਹੀ ਹੈ ਬਾਬਾ ਜੇਠਾ ਜੀ ਤੁਹਾਨੂੰ ਗੁਰੂ ਰਾਮਦਾਸ ਪਿਤਾ ਮਾਰਾ ਸੇਵਾ ਕਰਦੇ ਨੇ ਬਾਕੀ ਸਿੱਖ ਵੀ ਸੇਵਾ ਕਰਦੇ ਆ ਇਤਿਹਾਸ ਕਹਿੰਦੇ ਅੱਧੀ ਇੱਕ ਰਾਤ ਦਾ ਸਮਾਂ ਇੱਕ ਨੌਜਵਾਨ ਮਿਸਾਲ ਜਗਾ ਕੇ ਨਾ ਰਾਤ ਨੂੰ ਕਿਉਂਕਿਵੇਂ ਲਾਈਟ ਦਾ ਪ੍ਰਬੰਧ ਤੇ ਹੁੰਦਾ ਨਹੀਂ ਸੀ ਤੇ ਸਾਰਾ ਦਿਨ ਸੰਗਤ ਨੇ ਸੇਵਾ ਕਰਨ ਤੋਂ ਬਾਅਦ ਕੁਦਰਤੀ ਗੱਲ ਹੈ ਕਿ ਜਦੋਂ ਸ਼ਾਮ ਨੂੰ ਬੰਦਾ ਥੱਕਿਆ ਹੁੰਦਾ ਤੇ ਜਿੰਨੇ ਉਸ ਵੇਲੇ ਵਰਤੇ ਜਾਣ ਵਾਲੇ ਸੰਦ ਸਨ ਕਹੀ ਪ੍ਰਾਤ ਤਸਲਾ ਜੋ ਕੁਝ ਜਿੱਥੇ ਕਿਸੇ ਨੂੰ ਥਾਂ ਮਿਲੀ ਉੱਥੇ ਛੱਡ ਕੇ ਚਲੇ ਗਏ ਤੇ ਨੌਜਵਾਨ ਬਾਬਾ ਜੇਠਾ ਜੀ ਅੱਧੀ ਰਾਤ ਮਿਸਾਲ ਜਗਾ ਕੇ ਸਾਰੀਆਂ ਪ੍ਰਾਤਾਂ ਇਕੱਠੀਆਂ ਕਰਕੇ ਰੱਖ ਰਏ ਆ ਕਹੀ ਜੋ ਕੁਝ ਜਿੱਥੇ ਕਿਤੇ ਵੀ ਸਮਾਨ ਸੁਟਿਆ ਹੋਇਆ ਸੰਗਤ ਨੇ ਸਾਰਾ ਕੁਝ ਇਕੱਠਾ ਕਰਕੇ ਇੱਕ ਥਾਂ ਤੇ ਇਕੱਤਰ ਕਰ ਰਏ ਆ ਵੀ ਅਗਲਾ ਦਿਨ ਆਉਣਾ ਹੈ ਸੰਗਤ ਨੇ ਫੇਰ ਆਉਣਾ ਤੇ ਸਵੇਰੇ ਸਹੂਲਤ ਹੋ ਜੇ ਸੌਖਾ ਹੋ ਜੇ ਕਿ ਉਹਨਾਂ ਨੂੰ ਦੁਬਾਰਾ ਦਿੱਤਾ ਜਾ ਸਕੇ ਉਹਨ ਸਿੱਖ ਭਾਵਨਾ ਨਾਲ ਸੇਵਾ ਕਰਦਾ ਹੋਵੇ ਤੇ ਗੁਰੂ ਦਾ ਪਿਆਰ ਵੀ ਤੇ ਉਵੇਂ ਦਾ ਹੀ ਹੈ ਗੁਰੂ ਅਮਰਦਾਸ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਨਹੀਂ ਸੁੱਤੇ ਕੁਝ ਸਿੱਖਾਂ ਸਮੇਤ ਉਧਰਲੇ ਇਲਾਕੇ ਵਿੱਚ ਉਸ ਏਰੀਏ ਵਿੱਚ ਜਿੱਧਰ ਸੇਵਾ ਚੱਲਦੀ ਧੰਗ ਗੁਰੂ ਅਮਰਦਾਸ ਪਿਤਾ ਜੀ ਵੀ ਆ ਗਏ ਤੇ ਭਾਈ ਜੇਠੇ ਨੂੰ ਇਸ ਤਰ੍ਹਾਂ ਸੇਵਾ ਕਰਦੇ ਹੋਇਆ ਦੇਖ ਕੇ ਮਹਾਰਾਜ ਕਹਿੰਦੇ ਜੇਠਾ ਜੀ ਸਾਰੀ ਸੰਗਤ ਚਲੀ ਗਈ ਅੱਧੀ ਰਾਤ ਦਾ ਵੇਲਾ ਹੈ ਤੇ ਤੁਸੀਂ ਨਹੀਂ ਸੁੱਤੇ ਤੁਸੀਂ ਨਹੀਂ ਗਏ ਇੱਥੇ ਧਿਆਨ ਰੱਖਿਓ ਬੜਾ ਪਿਆਰਾ ਜਵਾਬ ਦਿੱਤਾ ਕਹਿੰਦੇ ਮਹਾਰਾਜ ਜਿਨ੍ਹਾਂ ਦੇ ਘਰ ਸਨ ਨਾ ਉਹ ਤੇ ਆਪਣੇ ਘਰਾਂ ਨੂੰ ਚਲੇ ਗਏ ਉਹਨਾਂ ਸਾਰਾ ਦਿਨ ਸੇਵਾ ਕੀਤੀ ਕੰਮ ਕੀਤਾ ਤੇ ਜਿੱਧਰ ਕਿਤੇ ਕਿਸੇ ਨੂੰ ਥਾਂ ਮਿਲੀ ਉੱਥੇ ਉਹ ਰੱਖ ਕੇ ਸਮਾਨ ਜਿਹੜਾ ਚੱਲਿਆ ਗਿਆ ਪਰ ਮੇਰਾ ਤੇ ਘਰ ਹੀ ਆ ਮੈਂ ਕਿੱਥੇ ਜਾਣਾ ਸਤਿਗੁਰੂ ਕਹਿੰਦੇ ਸੱਚੀ ਜੇਠਾ ਘਰ ਤੇਰਾ ਇਹੀ ਹੈ ਗੁਰੂ ਅਮਰਦਾਸ ਪੀਤਾ ਮਹਾਰਾਜ ਕਹਿੰਦੇ ਭਾਈ ਜੇਠਾ ਜੀ ਕਹਿੰਦੇ ਮਹਾਰਾਜ ਮੈਂ ਇਸ ਘਰ ਦਾ ਮਾਲਕ ਤੇ ਨਹੀਂ ਪਰ ਮੈਂ ਇਸ ਗੱਲ ਦਾ ਇਸ ਘਰ ਦਾ ਗੁਲਾਮ ਜ਼ਰੂਰ ਆ ਗੁਲਾਮ ਇੱਕ ਤੇ ਹੁੰਦਾ ਨੌਕਰ ਨੌਕਰ ਉਹ ਹੁੰਦਾ ਜਿਹੜਾ ਦਿਹਾੜੀ ਲਵੇ ਨੌਕਰ ਉਹ ਹੁੰਦਾ ਜਿਹੜਾ ਮਹੀਨੇ ਬਾਅਦ ਤਨਖਾਹ ਲਵੇ ਨੌਕਰ ਉਹ ਹੁੰਦਾ ਜਿਹੜਾ ਵੀਕ ਬਾਅਦ ਤਨਖਾਹ ਲਵੇ ਤੇ ਗੁਲਾਮ ਉਹ ਹੁੰਦਾ ਜਿਹੜਾ ਇੱਕੋ ਵਾਰੀ ਵਿਕ ਜੇ ਗੁਲਾਮ ਦਾ ਮੁੱਲ ਇੱਕੋ ਵਾਰੀ ਪੈਂਦਾ ਇੱਕ ਵਾਰੀ ਵਿਕ ਗਿਆ ਤੇ ਮੁੜ ਕੇ ਸਾਰੀ ਜ਼ਿੰਦਗੀ ਦੀ ਇੱਛਾ ਖਤਮ ਹੋ ਗਈ ਧੰਨ ਗੁਰਮਰਦਾਸ ਪਿਤਾ ਮਹਾਰਾਜ ਜੀ ਨੂੰ ਭਾਈ ਜੇਠਾ ਜੀ ਕਹਿੰਦੇ ਸਤਿਗੁਰੂ ਮੈਂ ਤੇ ਤੁਹਾਡੇ ਦਰ ਦਾ ਗੁਲਾਮ ਆ ਸਾਡੇ ਦਰਦਰ ਨੌਕਰ ਨਹੀਂ ਮੈਂ ਗੁਲਾਮ ਆ ਇੱਥੇ ਵਿਕਿਆ ਹੋਇਆ ਬਾਣੀ ਵਿੱਚੋਂ ਵੀ ਬਚਨ ਪੜਦੇ ਆ ਹਮਰੇ ਮਸਤਕ ਦਾਗ ਦਾ ਗਾਨਾ ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਨੇ ਹਮਰੇ ਮਸਤਕ ਦਾਗ ਦਾ ਗਾਨਾ ਗੁਲਾਮ ਜਿਹੜੇ ਸਨ ਨਾ ਉਹ ਦਾਗੇ ਜਾਂਦੇ ਸਨ ਨਿਸ਼ਾਨੀ ਲਾਈ ਜਾਂਦੀ ਸੀ ਕਿ ਪਛਾਣ ਰਵੇ ਇਹ ਬੰਦਾ ਵਿਕਿਆ ਹੋਇਆ ਗੁਲਾਮ ਹੈ ਹਮਰੇ ਮਸਤਕ ਦਾਗ ਦਾ ਗਾਨਾ ਹਮ ਕਰਜ ਗੁਰੂ ਬਹੁ ਸਾਡੇ RAM ਹਮ ਸਤਗੁਰ ਲਾਲੇ ਕਾਂਢੇ ਕਾਂਢੇ ਦਾ ਮੀਨਿੰਗ ਹੈ ਕਹੇ ਜਾਂਦੇ ਜੇ ਤੂੰ ਤੁਸੀਂ ਬਚਨ ਪੜੋਗੇ ਨਾ ਬਾਣੀ ਵਿੱਚੋਂ ਭਾਈ ਸਾਹਿਬ ਜੀ ਸੰਤਿਆ ਕਰਵਾ ਰਹੇ ਸਨ ਬਾਹਾਂ ਪਕਰ ਕੱਢ ਲੀਨੇ ਆਪਣੇ ਉਥੇ ਕੱਢ ਕੱਢਣ ਦਾ ਮੀਨਿੰਗ ਹੈ ਬਾਹਰ ਕੱਢ ਲੈਣਾ ਤੇ ਕਾਂਡੇ ਦਾ ਅਰਥ ਹੈ ਕਹੇ ਜਾਂਦੇ RAM ਹਮ ਸਤਗੁਰ ਲਾਲੇ ਕਾਂਡੇ ਅਸੀਂ ਰੱਬ ਜੀ ਦੇ ਦਰ ਦੇ ਗੁਲਾਮ ਕਹੇ ਜਾਂਦੇ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਧੰਨ ਗੁਰਮਰਦਾਸ ਪਤਾ ਮਹਾਰਾਜ ਨੇ ਪ੍ਰਸੰਨ ਹੋ ਕੇ ਨਾ ਸੀਨੇ ਨਾਲ ਲਾ ਲਿਆ ਕਹਿੰਦੇ ਜੇਠਿਆ ਜੇ ਤੇਰਾ ਘਰ ਇਹ ਹੈ ਨਾ ਤੂੰ ਇਸ ਦਰਦਾ ਗੁਲਾਮ ਹੈ ਤੇ ਸਾਡਾ ਘਰ ਵੀ ਤੇਰਾ ਹਿਰਦਾ ਹੈ ਅਸੀਂ ਤੇਰੇ ਹਿਰਦੇ ਵਿੱਚ ਵਸਦੇ ਬੇਨਤੀ ਕਰ ਰਿਹਾ ਸਾਂ ਜਿਨ੍ਹਾਂ ਨੂੰ ਇੱਕ ਦੀ ਆਸ ਵੱਜ ਗਈ ਉਹਨਾਂ ਦੀ ਜ਼ਿੰਦਗੀ ਦੀ ਭਟਕਣਾ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਤੇ ਜਿਨ੍ਹਾਂ ਦੇ ਅੰਦਰ ਇੱਕ ਦੀ ਆਸ ਨਾ ਹੋਵੇ ਉਡੀਕਦੇ ਆ ਉਡੀਕਦੇ ਆ ਮੁੱਦ ਤਾਂ ਨਿਕਲ ਜਾਂਦੀਆਂ ਨੇ ਆਸਾਂ ਨਹੀਂ ਪੂਰੀਆਂ ਹੁੰਦੀਆਂ ਤੁਸੀਂ ਵੇਖੋ ਕਦੇ ਜੀਵਨ 'ਚ ਇਹ ਮਾਨਸਿਕ ਕਿਉਂਕਿ ਗੁਰਬਾਣੀ ਨੂੰ ਅਸੀਂ ਆਪਣੀ ਜ਼ਿੰਦਗੀ ਨਾਲ ਜੋੜ ਕੇ ਵਿਚਾਰਨਾ ਕੋਈ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਹੋਵੇ ਨਾ ਆਰਥਿਕ ਤੌਰ ਤੇ ਕਮਜ਼ੋਰ ਹੋਵੇ ਤੇ ਕਿਸੇ ਕੋਲੋਂ ਕੋਈ ਮੰਗਦਾ ਹੈ ਪੈਸੇ ਮੰਗੇ ਕੋਈ ਚੀਜ਼ ਮੰਗੇ ਉਹ ਕਹਿੰਦਾ ਆ ਜਾਣਾ ਵੀ ਮੇਰੇ ਆਫਿਸ ਆ ਜਾਣਾ ਮੇਰੇ ਘਰ ਆ ਜਾਣਾ ਹੁਣ ਜਿਹਨੇ ਦੇਣੇ ਹੁੰਦੇ ਉਹ ਤੇ ਅੰਦਰ ਬੈਠਾ ਹੁੰਦਾ ਬੰਦਾ ਬਾਹਰ ਉਡੀਕ ਰਿਆ ਹੁੰਦਾ ਕਈ ਵਾਰ ਸਵੇਰੇ ਤੋਂ ਲੈ ਕੇ ਸ਼ਾਮ ਹੋ ਜਾਂਦੀ ਬੈਠੇ ਨੂੰ ਸਵੇਰੇ ਤੋਂ ਸ਼ਾਮ ਸ਼ਾਮ ਨੂੰ ਅੰਦਰੋਂ ਹੌਲੀ ਜੀ ਨੌਕਰ ਨਿਕਲ ਕੇ ਕਹਿੰਦਾ ਵੀ ਸਾਹਿਬ ਤੇ ਅੱਜ ਚਲੇ ਗਏ ਤੁਸੀਂ ਕੱਲ ਆਣਾ ਉਹ ਬੰਦਾ ਮਜਬੂਰ ਹੈ ਤੁਸੀਂ ਉਸ ਬੰਦੇ ਦੀ ਹਾਲਤ ਵੇਖੋ ਜਿਹੜਾ ਸਵੇਰੇ ਦਾ ਉਡੀਕ ਰਿਹਾ ਕਿੰਨੇ ਕੰਮ ਹੋਣਗੇ ਜ਼ਰੂਰੀ ਕਿੰਨੀਆਂ ਚੀਜ਼ਾਂ ਖਰੀਦਣੀਆਂ ਹੋਣਗੀਆਂ ਕਿਤੇ ਦਵਾਈ دارੂ ਵੀ ਦਿਵਾਉਣੀ ਪੈ ਸਕਦੀ ਬੱਚਿਆਂ ਨੂੰ ਕਿੰਨਾ ਕਾਰਜ ਹੋਏਗਾ ਪਰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਡੀਕ ਦੇ ਦੀ ਮਾਨਸਿਕ ਹਾਲਤ ਕੀ ਹੈ ਅਗਲੇ ਦਿਨ ਫਿਰ ਆ ਕੇ ਬਹਿ ਜਾਂਦਾ ਹੈ ਬਹੁਤੀ ਵਾਰੀ ਕਈ ਦਿਨ ਲੰਘ ਜਾਂਦੇ ਨੇ ਤੇ ਆਸਾਂ ਪੂਰੀਆਂ ਨਹੀਂ ਹੁੰਦੀਆਂ ਸਤਿਗੁਰੂ ਬਾਬਾ ਫਰੀਦ ਸਾਹਿਬ ਅੱਜ ਦੇ ਅੰਮ੍ਰਿਤ ਵਚਨਾਂ ਵਿੱਚ ਕਹਿੰਦੇ ਫਰੀਦਾ ਰਾਤੀ ਵੱਡੀਆਂ ਧੁਕ ਧੁਕ ਉੱਠਣ ਪਾਸ ਹੁਣ ਸਿਆਲ ਦੀਆਂ ਰਾਤਾਂ ਸ਼ੁਰੂ ਹੋ ਗਈਆਂ ਨੇ ਚਲੋ ਸ਼ਹਿਰਾਂਜ ਤੇ ਸਾਨੂੰ ਹੁਣ ਕੋਈ ਬਹੁਤਾ ਪਤਾ ਨਹੀਂ ਲੱਗਦਾ ਲਾਈਟਾਂ ਦਾ ਪ੍ਰਬੰਧ ਹੈ ਪਿੰਡਾਂ ਥਾਵਾਂ ਤੇ ਜਦੋਂ ਸਿਆਲ ਦੀਆਂ ਰਾਤਾਂ ਹੋਣੀਆਂ ਨਾ ਤੇ 5-6 ਵਜੇ ਸ਼ਾਮ ਨੂੰ ਪ੍ਰਸ਼ਾਦੇ ਪਾਣੀ ਦਾ ਹੋ ਜਾਣਾ ਤੇ 7-8 ਵਜੇ ਨੂੰ ਲੋਕਾਂ ਨੇ ਮੰਝੇ ਪਕੜ ਲੈਣੇ ਹੁਣ 7-8 ਵਜੇ ਦਾ ਸੁੱਤਾ ਹੋਇਆ ਬੰਦਾ ਸਵੇਰੇ ਜਦੋਂ ਦੁਬਾਰਾ 7-8 ਵਜੇ ਹੀ ਉੱਠਦਾ 6-7 ਵਜੇ ਕਿਉਂਕਿ ਭਾਵੇਂ ਜਾਗ ਖੁੱਲ ਜਾਏ ਪਰ ਠੰਡ ਦੇ ਕਾਰਨ ਔਰ ਹਨੇਰੇ ਦੇ ਕਾਰਨ ਵਿਸਤਰੇ ਵਿੱਚ ਪਏ ਪਾਸੇ ਮਾਰਦਾ ਰਹਿੰਦਾ ਹੈ ਬਹੁਤਾ ਚਿਰ ਅਸੀ ਕੋਈ ਬੰਦਾ ਬਿਮਾਰ ਹੋਵੇ ਨਾ ਬੈੱਡ ਤੇ ਲੰਮਾ ਸਮਾਂ ਪਿਆ ਹੋਵੇ ਉਹਦੀ ਹਾਲਤ ਪੁੱਛੋ ਕਾ ਤੇ ਉਹ ਚਾਰੇ ਪਾਸਿਓਂ ਬੰਦੇ ਦਾ ਸਰੀਰ ਵੀ ਦੁਖਣ ਲੱਗ ਪੈਂਦਾ ਧੰਗੁਰਮਰਦਾਸ ਪਿਤਾ ਮਹਾਰਾਜ ਕਹਿੰਦੇ ਰਾਤੀ ਵੱਡੀਆਂ ਧੋਕ ਤੋਕ ਉੱਠਣ ਪਾਸ ਪਾਸੇ ਜਿਹੜੇ ਨੇ ਧੁਕ ਗਏ ਬਹੁਤ ਲੰਮਾ ਸਮਾਂ ਹੋ ਗਿਆ ਪਿਆ ਪਿਆ ਕਹਿੰਦੇ ਐਸੀ ਹਾਲਤ ਹੈ ਤ੍ਰਿਗਤ ਇਨਾਂ ਦਾ ਜੀਵਣਾ ਤ੍ਰਿਗਤ ਇਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ਜਿਨ੍ਹਾਂ ਨੂੰ ਦੂਜੇ ਦੀ ਆਸ ਹੈ ਨਾ ਉਹਨਾਂ ਦੀ ਜ਼ਿੰਦਗੀ ਇਵੇਂ ਆਸ ਵਿੱਚ ਹੀ ਲੰਘ ਜਾਂਦੀ ਹੈ ਵਿਡਾਣੀ ਦਾ ਅਰਥ ਕਿਸੇ ਹੋਰ ਦੀ ਇਸ ਕਰਕੇ ਸਾਬ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਫੈਸਲੇ ਦਿੱਤੇ ਸਤਿਗੁਰੂ ਕਹਿੰਦੇ ਭਲਿਓ ਆਸ ਤੇ ਲੈ ਕੇ ਜੀਵੀਏ ਪਰ ਸਾਡੇ ਕੋਲ ਆਸ ਇੱਕ ਅਕਾਲ ਪੁਰਖ ਪਰਮਾਤਮਾ ਦੀ ਹੋਵੇ ਸਗਲ ਕੀ ਚਿੰਤਾ ਜਿਸ ਮਨ ਮਾਹੇ ਤੇ ਸਤੇ ਵਰਤਾ ਕੋਈ ਨਾ ਹੈ ਜਿਹਦੇ ਅੰਦਰ ਸਾਰਿਆਂ ਦੀ ਚਿੰਤਾ ਹੈ ਕੋਈ ਅਸੀਂ ਸਾਰਾ ਕੁਝ ਪੁੱਛ ਕੇ ਰੱਬ ਜੀ ਦੇ ਘਰ ਲਿਖ ਕੇ ਥੋੜੀ ਦੇ ਕੇ ਜਾਣਦੇ ਆ ਸਾਡੇ ਮਨ ਅੰਦਰ ਤੇ ਕੁਝ ਖਿਆਲ ਉੱਡਦੇ ਨੇ ਤੇ ਅਸੀਂ ਅਰਦਾਸ ਰੂਪ ਵਿੱਚ ਕਹਿ ਦਿੰਦੇ ਆ ਪਰ ਸਤਿਗੁਰੂ ਬਾਣੀ ਵਿੱਚ ਕਹਿੰਦੇ ਉਹ ਕਿੰਡਾ ਵੱਡਾ ਦਾਤਾ ਤੇ ਕਿੰਡਾ ਸਾਰਿਆਂ ਦੀ ਫਿਕਰ ਕਰਦਾ ਕਿ ਚਿੱਤੈ ਅੰਦਰ ਸਭ ਕੋ ਵੇਖ ਨਜ਼ਰੀ ਚਲਾ ਜਾਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾ ਜਾਂਦਾ ਵੱਡੋ ਵੱਡਾ ਵੜ ਮੇਦਨੀ ਸਿਰੇ ਸਿਰ ਧੰਦੇ ਲਾ ਜਾਂਦਾ ਹਰ ਚੀਜ਼ ਐਸੀ ਮੰਗ ਕੇ ਲਈ ਸਤਿਗੁਰੂ ਤੇ ਕਹਿੰਦੇ ਅਣ ਮੰਗਿਆ দান ਦੇਵਣਾ ਸਬਣਾ ਜੀਆਂ ਬਿਨਾ ਮੰਗਿਆ ਤੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਉਹਨਾਂ ਦਾ ਸਿਰ ਫਿਰ ਮੁੜ ਕੇ ਇੱਕ ਆਪਣੇ ਮਾਲਕ ਦੇ ਦਰ ਤੋਂ ਸਿਵਾਇ ਕਿਸੇ ਹੋਰ ਦੇ ਘਰ ਨਹੀਂ ਚੁੱਕਦਾ ਇੱਕ ਸਿੱਖ ਜਗਤ ਦਾ ਨਾਂ ਬਹੁਤ ਵੱਡਾ ਲਿਖਾਰੀ ਹੋਇਆ ਉਹਦਾ ਨਾਮ ਹੈ ਐਸ ਐਸ ਅਮੋਲ ਉਹਦੇ ਜੀਵਨ ਬਾਬਤ ਬੜੀ ਪਿਆਰੀ ਘਟਨਾ ਪੜੀ ਇਹ ਬੱਚਾ ਬਚਪਨ ਵਿੱਚ ਹੀ ਅਨਾਥ ਹੋ ਗਿਆ ਸੀ ਤੇ ਅਨਾਥ ਆਸ਼ਰਮ ਵਿੱਚ ਇਹਦੀ ਪਰਵਿਰਸ ਹੋਈ। ਇਹਨੇ 10ਵੀਂ ਜਮਾਤ ਪਾਸ ਕੀਤੀ। ਇੱਕ ਵੱਡਾ ਸਮੇਲਨ ਸੀ ਉੱਥੇ ਬੜੇ ਵੱਡੇ ਸਕਾਲਰ ਵਿਦਵਾਨ ਲੋਕ ਆਏ ਹੋਏ ਸਨ, ਪੜ੍ਹੇ ਲਿਖੇ ਲੋਕ ਆਏ ਹੋਏ ਸਨ। ਉਸ ਸਭਾ ਅੰਦਰ ਇਸ ਐਸਐਸ ਅਮੋਲ ਬੱਚੇ ਨੇ ਇੱਕ ਪਰਚਾ ਪੜ੍ਹਿਆ, ਸਾਰੇ ਬੜੇ ਪ੍ਰਭਾਵਿਤ ਹੋਏ। ਜਾਂਦਿਆਂ ਜਾਂਦਿਆਂ ਵਿੱਚੋਂ ਇੱਕ ਈਸਾਈ ਪਾਦਰੀ ਜਿਹੜਾ ਸੀ ਨਾ ਉਹ ਆਪਣਾ ਕਾਰਡ ਕੱਢ ਕੇ ਇਸ ਬੱਚੇ ਨੂੰ ਦੇਣ ਲੱਗਿਆ ਕਹਿੰਦਾ ਵੀ ਬੇਟਾ ਤੇਰੇ ਕੋਲ ਤਾਲੀਮ ਬੜੀ ਸੋਜੀ ਬੜੀ ਗਹਿਰੇ ਤਲ ਦੀ ਹੈ ਤੇ ਤੂੰ ਦੱਸੇਗਾ ਵੀ ਕਿੱਥੇ ਰਹਿਣਾ ਹੈ ਅੱਗੇ ਕੀ ਤੇਰਾ ਅੱਗੇ ਪੜ੍ਹਾਈ ਦਾ ਪ੍ਰੋਗਰਾਮ ਹੈ ਬੱਚੇ ਨੇ ਦੱਸਿਆ ਵੀ ਮੈਂ ਤਾਂ ਯਤੀਮ ਹਾਂ ਤੇ ਅਨਾਥ ਆਸ਼ਰਮ ਵਿੱਚ ਆਪਣੀ ਜ਼ਿੰਦਗੀ ਦਾ ਨਿਰਭਾ ਕਰਦਾ ਹੁਨੇ ਜਵਾਬ ਦਿੱਤਾ ਅਨਾਥ ਆਸ਼ਰਮ ਤੈਨੂੰ ਕਿੱਥੋਂ ਤੱਕ ਲਿਜਾ ਸਕਦਾ ਹੈ ਕਿੰਨੀ ਕ ਐਜੂਕੇਸ਼ਨ ਦਿਵਾ ਸਕਦਾ ਇੱਕ ਦਾਇਰਾ ਸੀਮਿਤ ਹੈ ਤੂੰ ਇੱਥੇ ਹੀ ਸਿਰਫ ਸੀਮਿਤ ਰਹਿ ਜਾਏਂਗਾ ਆ ਫੜ ਮੇਰਾ ਕਾਰਡ ਜਿਸ ਦਿਨ ਤੈਨੂੰ ਲੱਗੇ ਨਾ ਲੋੜ ਪਵੇ ਜ਼ਰੂਰਤ ਹੋਵੇ ਤੂੰ ਅੱਗੇ ਕੁਝ ਕਰਨਾ ਚਾਹੇ ਜੀਵਨ ਵਿੱਚ ਤੇ ਮੇਰੇ ਨਾਲ ਸੰਪਰਕ ਕਰਨਾ ਮੈਂ ਤੇਰੀ ਸਹਾਇਤਾ ਕਰਨ ਲਈ ਤਿਆਰ ਆ ਉਸ ਪਾਦਰੀ ਨੇ ਜਦੋਂ ਇਹ ਬਚਨ ਕਰੇ ਤੇ ਐਸ ਐਸ ਅਮੋਲ ਕਹਿੰਦਾ ਵੀ ਮੇਰਾ ਤਾਂ ਨਾ ਕੋਈ ਅੱਗੇ ਹੈ ਨਾ ਕੋਈ ਪਿੱਛੇ ਹੈ ਜੇ ਤੁਸੀਂ ਅੱਜ ਸਹਾਇਤਾ ਕਰਦੇ ਹੋ ਤੇ ਇਹਦੇ ਬਦਲੇ ਵਿੱਚ ਵੀ ਮੈਂ ਅੱਗੇ ਵੀ ਤੁਹਾਨੂੰ ਕੁਝ ਮੋੜ ਨਹੀਂ ਸਕਦਾ ਉਨੇ ਕੋ ਜਵਾਬ ਦਿੱਤਾ ਕਹਿੰਦਾ ਇਹਦੇ ਬਦਲੇ ਵਿੱਚ ਮੈਨੂੰ ਮਾਇਆ ਦੀ ਲੋੜ ਨਹੀਂ ਤੈਨੂੰ ਥੋੜਾ ਜਿਹਾ ਮੇਰਾ ਕੰਮ ਕਰਨਾ ਹੋਏਗਾ ਤੇ ਕੋਈ ਬਹੁਤਾ ਔਖਾ ਕੰਮ ਨਹੀਂ ਹੈ ਕਾਰ ਨੇ ਸੰਭਾਲਿਆ ਹਲੇ ਚਾਰ ਕਦਮ ਇਹਨੇ ਅੱਗੇ ਅੱਗੇ ਤੁਰਿਆ ਸੀ ਇਹਨੇ ਫੇਰ ਪਿੱਛੋਂ ਆਵਾਜ਼ ਦਿੱਤੀ ਮਨੰਦਰ ਇੱਕ ਤੋਖਲਾ ਸੀ ਕਹਿੰਦਾ ਮੈਂ ਸੱਚੀ ਦੱਸ ਰਿਹਾ ਮੇਰੇ ਚਾਚੇ ਤਾਈ ਵੀ ਕੋਈ ਵੀ ਤੁਹਾਡਾ ਕਰਜ਼ਾ ਤਾਰਨ ਵਿੱਚ ਸਮਰੱਥ ਨਹੀਂ ਹੋਣਗੇ ਉਹ ਕਹਿੰਦਾ ਨਹੀਂ ਮੈਨੂੰ ਮਾਇਆ ਮੋੜ ਕੇ ਨਹੀਂ ਚਾਹੀਦੀ ਮੇਰੀ ਬਸ ਇੱਕੋ ਹੀ ਜੇ ਤੂੰ ਸੁਣਨੇ ਚਾਹੁੰਦਾ ਤਾਂ ਸਿੱਖੇ ਰੂਪ ਵਿੱਚ ਤੂੰ ਐ ਬਾਣੀ ਨਾਲ ਜੁੜਿਆ ਹੋਇਆ ਹੈ ਤੇਰੀ ਬੋਲ ਬਾਣੀ ਬੜੀ ਮਿੱਠੀ ਹੈ ਲੈਕਚਰ ਬੜਾ ਪਿਆਰਾ ਕਰਦਾ ਤੂੰ ਪੜ੍ਹਾਈ ਕਰ ਜਿਵੇਂ ਦੀ ਵੀ ਪੜ੍ਹਾਈ ਕਰੇਗਾ ਵਿਦੇਸ਼ ਤੱਕ ਦੀ ਪੜ੍ਹਾਈ ਮੈਂ ਤੈਨੂੰ ਕਰਾਉਣ ਲਈ ਤਿਆਰ ਹਾਂ ਤੂੰ ਜਦੋਂ ਵੀ ਕਿਤੇ ਅੱਗੇ ਜਾ ਕੇ ਲੋਕਾਂ ਵਿੱਚ ਬੋਲਿਆ ਕਰੇ ਨਾ ਸਿੱਖ ਰਹੀਂ ਸਿੱਖੀ ਦੀ ਵੀ ਗੱਲ ਕਰੀ ਪਰ ਨਾਲ ਬੋਲਦਿਆਂ ਬੋਲਦੇ ਉਸ ਲੈਕਚਰ ਵਿੱਚ ਕਹਿ ਦਿਆ ਕਰਨਾ ਵੀ ਈਸਾਈ ਧਰਮ ਵੀ ਬੜਾ ਚੰਗਾ ਹੁੰਦਾ ਹੈ ਇਹ ਬਚਨ ਕਹਿ ਦੇਣੇ ਬੱਚਾ ਲੈ ਕੇ ਕਾਰਡ ਅਨਾਥ ਅਸਰਮ ਵਾਪਸ ਆ ਗਿਆ ਮਨੰਦਰ ਖਿਆਲ ਪੈਦਾ ਹੋਇਆ ਮਨਾ ਜੇ ਇੱਥੇ ਰਹੇਗਾ ਤੇ ਦੋ ਚਾਰ ਜਮਾਤਾਂ ਹੋਰ ਪੜ੍ਹ ਕੇ ਜ਼ਿੰਦਗੀ ਇੱਥੇ ਰੁਕ ਜਾਣੀ ਹੈ ਐਡਾ ਵੱਡਾ ਆਫਰ ਮਿਲਿਆ ਤੇ ਗੱਲ ਤੇ ਕੋਈ ਮਾੜੀ ਨਹੀਂ ਸਰੂਪ ਸਿੱਖੀ ਦਾ ਰਹੇਗਾ ਸਿੱਖੀ ਸਰੂਪ ਵਿੱਚ ਰਹਿੰਦੇ ਹੋਏ ਆ ਜੇ ਦੋ ਚਾਰ ਗੱਲਾਂ ਐਵੇਂ ਦੀਆਂ ਕਰਨੀਆਂ ਵੀ ਨੇ ਤੇ ਕੀ ਫਰਕ ਪੈਂਦਾ ਹਿਰਦਾ ਕਰਲਾ ਕਰਕੇ ਨਾ ਉਹ ਕਾਰਡ ਲੈ ਕੇ ਇੱਕ ਦਿਨ ਲਿਖੇ ਹੋਏ ਪਤੇ ਉੱਤੇ ਪਹੁੰਚ ਗਿਆ ਅਨਾਤ ਆਸ਼ਰਮ ਤੋਂ ਇਹ ਦੋ ਚਾਰ ਰੋਟੀਆਂ ਬਣਵਾ ਲਈਆਂ ਵੀ ਉੱਥੇ ਅੱਗੇ ਜਾ ਕੇ ਕਿੰਨੇ ਪੁੱਛਣਾ ਹੈ ਹੁਣ ਉਹ ਪਾਦਰੀ ਅੰਦਰ ਬਿਜੀ ਹੈ ਤੇ ਬਾਹਰ ਜਿਹੜਾ ਵੇਟਿੰਗ ਰੂਮ ਹੈ ਉੱਥੇ ਬੈਠਾ ਹੋਇਆ ਹੈ ਕੁਦਰਤੀ ਗੱਲ ਸੀ ਕਿ ਇੱਕ ਕੁੱਤਾ ਜਿਹੜਾ ਉੱਥੋਂ ਦਾ ਪਾਲਤੂ ਹੈ ਉਹ ਵਾਰ-ਵਾਰ ਇਸ ਬੱਚੇ ਨੂੰ ਤੰਗ ਕਰਦਾ ਹੈ ਉਪਰੇ ਜੇ ਬੰਦੇ ਨੂੰ ਦੇਖ ਕੇ ਆਪਾਂ ਵੀ ਦੇਖਦੇ ਨੇ ਵੀ ਜਾਨਵਰ ਜਾਂ ਕੁੱਤੇ ਜਿਹੜੇ ਨੇ ਇਸ ਰੂਪ ਵਿੱਚ ਉਹ ਪ੍ਰੇਸ਼ਾਨ ਕਰਦੇ ਨੇ ਇਨੇ ਆਪਣੇ ਵੱਲੋਂ ਉਹਨੂੰ ਟਿਕਾਉਣ ਵਾਸਤੇ ਜਿਹੜਾ ਰੋਟੀ ਪੂਨੇ ਵਿੱਚ ਬੰਨੀ ਹੋਈ ਸੀ ਨਾ ਨਾਲ ਲੈ ਕੇ ਇਸ ਟੁਕੜਾ ਤੋੜ ਕੇ ਕੁੱਕਰ ਨੂੰ ਪਾ ਦਿੱਤਾ ਕੁੱਤੇ ਨੂੰ ਪਾ ਦਿੱਤਾ ਕੁੱਤੇ ਨੇ ਖਾਦਾ ਨਹੀਂ ਸਮਾਂ ਲੰਘਿਆ ਪਾਦਰੀ ਅੰਦਰੋਂ ਆਇਆ ਉਹਨੇ ਦੇਖਦੇ ਨੂੰ ਪਛਾਣ ਲਿਆ ਇਹਦੇ ਮੋਢੇ ਤੇ ਹੱਥ ਰੱਖਿਆ ਤੇ ਆਪਣੇ ਰੂਮ ਅੰਦਰ ਅੱਗੇ ਜਿਹੜਾ ਆਫਿਸ ਬਣਿਆ ਸੀ ਉੱਥੇ ਲਿਜਾਣ ਲੱਗਾ ਕੁਦਰਤੀ ਨਿਗਾਹ ਪਈ ਕਿ ਰੋਟੀ ਦਾ ਟੁਕੜਾ ਸਾਹਮਣੇ ਪਿਆ ਹੈ ਤੇ ਪਾਦਰੀ ਕਹਿੰਦਾ ਵੀ ਇਹ ਕਿੰਨੇ ਪਾਇਆ ਹੈ ਕਹਿੰਦਾ ਜੀ ਇਹ ਮੈਂ ਪਾਇਆ ਹੈ ਕਿਉਂਕਿ ਕੁੱਤਾ ਬੜੀ ਧੀਰ ਦਾ ਮੈਨੂੰ ਤੰਗ ਕਰਦਾ ਸੀ ਸ਼ਾਇਦ ਕਿਸੇ ਆਰੇ ਲੱਗ ਜੇ ਤੇ ਮੇਰਾ ਖਹਿੜਾ ਛੱਡ ਦਵੇ ਮੈਂ ਇਹਨੂੰ ਪਾਇਆ ਪਾਦਰੀ ਕਹਿੰਦਾ ਵੀ ਇਹ ਕਿਸੇ ਦੇ ਹੱਥ ਦਾ ਪਾਇਆ ਹੋਇਆ ਟੁਕੜ ਨਹੀਂ ਖਾਂਦਾ ਇਹ ਜਿਹੜਾ ਟੁਕੜ ਰੋਟੀ ਦਾ ਮੈਂ ਇਹਨੂੰ ਪਾਵਾਂ ਇਹ ਸਿਰਫ ਉਹ ਹੀ ਖਾਂਦਾ ਕਿਸੇ ਦੂਜੇ ਦੇ ਹੱਥ ਦਾ ਨਹੀਂ ਖਾਂਦਾ ਜੇ ਦੂਜੇ ਦੇ ਹੱਥ ਦਾ ਖਾਏਗਾ ਤੇ ਕੱਲ ਨੂੰ ਬੋਲੀ ਵੀ ਦੂਜੇ ਦੀ ਬੋਲੇਗਾ ਗੱਲ ਤੇ ਬੜੀ ਆਮ ਸੀ ਪਰ ਉਸ ਨੌਜਵਾਨ ਬੱਚੇ ਦੇ ਹਿਰਦੇ ਨੂੰ ਉਤਰ ਗਏ ਉਹਨੇ ਉਸੇ ਵੇਲੇ ਪਾਦਰੀ ਦਾ ਹੱਥ ਆਪਣੇ ਮੋਢੇ ਤੋਂ ਉਤਾਰ ਕੇ ਕਿਹਾ ਵੀ ਬੜੀ ਵੱਡੀ ਸਿੱਖਿਆ ਜੀਵਨ ਦੀ ਜਿਹੜੀ ਅਜੇ ਤੱਕ ਮੈਨੂੰ ਕਿਤਾਬਾਂ ਚੋਂ ਨਹੀਂ ਮਿਲ ਸਕੀ ਆਪਣੀ ਅਕਲ ਦਾ ਪੱਲਾ ਪਕੜ ਕੇ ਵਿਚਾਰਦਿਆਂ ਨਹੀਂ ਮਿਲਿਆ ਜਿਸ ਕੁੱਤੇ ਨੇ ਸਿਖਾ ਦਿੱਤੀ ਕਿ ਭਲਿਆ ਜੇ ਟੁਕੜ ਦੂਜੇ ਦਾ ਖਾਏਗਾ ਤੇ ਕੱਲ ਨੂੰ ਬੋਲੀ ਵੀ ਦੂਜਿਆਂ ਦੀ ਬੋਲਣੀ ਪੈਣੀ ਹੈ ਮੈਂ ਸ਼ੁਕਰ ਕਰਾਂਗਾ ਆਪਣੇ ਗੁਰੂ ਨਾਨਕ ਦਾ ਜਾ ਕੇ ਜਿੰਨੀ ਵੀ ਵਿਦਿਆ ਮੈਨੂੰ ਜੀਵਨ ਵਿੱਚ ਪ੍ਰਾਪਤ ਹੋਈ ਪਰ ਮੈਂ ਰਹਿਣਾ ਇੱਕ ਦਾਰ ਹੋ ਕੇ ਚਾਹੁੰਦਾ ਇੱਕ ਦਾ ਰਹਿਣਾ ਇੱਕ ਦੇ ਦਰ ਤੇ ਝੁਕ ਕੇ ਰਹਿਣਾ ਚਾਹੁੰਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅੰਦਰ ਇੱਕ ਦਾ ਪੱਲਾ ਪਕੜ ਲਿਆ ਉਹਨਾਂ ਨੂੰ ਤੇ ਸਿੱਖੀ ਦੇ ਵੇੜੇ ਵਿੱਚ ਸੰਸਾਰ ਪਰ ਅੰਦਰ ਮਾਣ ਤੇ ਸਤਿਕਾਰ ਪ੍ਰਾਪਤ ਹੋਇਆ ਰੋਜ਼ ਆਪਾਂ ਪੜਦੇ ਹਾਂ ਗੁਰੂ ਸਾਨੂੰ ਦ੍ਰਿੜਤਾ ਨਾਲੇ ਉਪਦੇਸ਼ ਜੀਵਨ ਵਿੱਚ ਕਮਾਉਣ ਦੀ ਪ੍ਰੇਰਣਾ ਕਰਦੇ ਨੇ ਕਿ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਣੀ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਬੜਾ ਕੁਝ ਹੈ ਸੰਸਾਰ ਵਿੱਚ ਪਰ ਜਦੋਂ ਦੀ ਹੇ ਸਾਇਬ ਤੇਰੇ ਚਰਨਾਂ ਦੀ ਚਾਕਰੀ ਕਮਾਈ ਹੈ ਨਾ ਉਦੋਂ ਦੀ ਇੱਕੋ ਹੀ ਟੇਕ ਹੈ ਅੰਦਰ ਕਿ ਤੁਮੈ ਛਾੜ ਕੋਈ ਅਵਰ ਨ ਧਾਉ ਜੋ ਵਰ ਚਹੋ ਸੋ ਤੁਮ ਤੇ ਪਾ ਤੇਰੇ ਦਰ ਤੋਂ ਸਿਵਾਏ ਹੋਰ ਕਿਸੇ ਦਰ ਤੇ ਝੁਕਣ ਉਚਿਤ ਨਹੀਂ ਕਰਦਾ ਸਭ ਕੰਦੇ ਰਾਤੀ ਵੱਡੀਆਂ ਧੁਕ ਧੁਕ ਉੱਠਣ ਪਾਸ ਤ੍ਰਿਗਤ ਨਾ ਦਾ ਜੀਵਿਆ ਜਿਨ੍ਹਾਂ ਵਿਡਾਣੀਆ ਫਟਕਾਰ ਜੋਗ ਹੈ ਉਹ ਜੀਵਨ ਜਿਨ੍ਹਾਂ ਦੇ ਮਨ ਅੰਦਰ ਇੱਕ ਦੀ ਆਸ ਤੇ ਨਹੀਂ ਰਹੀ ਤੇ ਬਹੁਤ ਆਸਾਂਵਾਂ ਜੀਵਨ ਵਿੱਚ ਬਣਾ ਕੇ ਦਰਦਰ ਦੀਆਂ ਠੋਕਰਾਂ ਵਿਡਾਣੀ ਆਸ ਉੱਤੇ ਵਿਡਾਣੀ ਟੇਕ ਉੱਤੇ ਜੀਵਨ ਜੀਉਂਦਾ ਹੈ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਦਾ ਕਵਿਤਕਿਆ ਜਿੱਥੇ ਕਹਿੰਦੇ ਜਿਨ੍ਹਾਂ ਅੰਦਰ ਦੁਬਦਾ ਹੋਵੇ ਨਾ ਤੋ ਆਸਾਂਵਾਂ ਹੋਣ ਉਹ ਜ਼ਿੰਦਗੀ ਇਵੇਂ ਦੀ ਹੁੰਦੀ ਜਿਵੇਂ ਦੋਏ ਦਰਪਣ ਦੇਖੇ ਏਕ ਸਹਿ ਅਨੇਕ ਰੂਪ ਦੋਏ ਨਾਮ ਪਾਮ ਧਰੇ ਪਹੁੰਚੇ ਨਾ ਪਾਰ ਹੈ ਬੰਦਾ ਦੋ ਸਿਸਿਆਂ ਵਿੱਚ ਆਪਣੀ ਸ਼ਕਲ ਦੇਖਣੀ ਚਾਏ ਨਾ ਨਾ ਤੇ ਦਸਤਾਰ ਬੰਨੀ ਜਾਣੀ ਹੈ ਨਾ ਫੇਸੇ ਇੱਕ ਦਿਖਾਈ ਦੇਣਾ ਨਾ ਆਪਣੇ ਚਿਹਰੇ ਨੂੰ ਸਵਾਰ ਸਕਦਾ ਹਾਂ ਇੱਕ ਵਿੱਚ ਦੇਖੇ ਤੇ ਜ਼ਰੂਰ ਆਪਣੀ ਸ਼ਕਲ ਸੂਰਤ ਸਵਾਰ ਸਕਦਾ ਦੋਏ ਦਰਪਨ ਦੇਖੇ ਏਕ ਸ ਅਨੇਕ ਰੂਪ ਦੋਏ ਨਾਮ ਪਾਮ ਧਰੇ ਪਹੁੰਚੇ ਨਾ ਪਾਰ ਹੈ ਦੋ ਵੇੜੀਆਂ ਵਿੱਚ ਪੈਰ ਰੱਖਣ ਵਾਲੇ ਕਦੇ ਕਿਨਾਰੇ ਨਹੀਂ ਲੱਗਦੇ ਹੁੰਦੇ ਅਸੀਂ ਕਿੰਨੇ ਭਰਮ ਵਿੱਚ ਰਹਿੰਦੇ ਆ ਦਿਨ ਵੰਡਲੇ ਜੀ ਲੋਕਾਂ ਨੇ ਇੱਕ ਦਿਨ ਗੁਰਦੁਆਰੇ ਦਾ ਦੂਜਾ ਦਿਨ ਸਨੀਚਰ ਵਾਰ ਨੂੰ ਫਲਾਣੀ ਜਗ੍ਹਾ ਜਾਣਾ ਹੈ ਤੀਜੇ ਦਿਨ ਫਲਾਣੀ ਜਗ੍ਹਾ ਜਾਣਾ ਹੈ ਮਹਾਰਾਜ ਕਹਿੰਦੇ ਭਲਿਓ ਵਿਸ਼ਵਾਸ ਬਣਾਓ ਵਿਸ਼ਵਾਸ ਬਣਾਓ ਆਪਣੇ ਅੰਦਰ ਕਿ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰਸ ਪਾਵੇ ਮਿਰਲਾ ਕੋਈ ਸਤਿਗੁਰੂ ਕਹਿੰਦੇ ਦੋਏ ਨਾਮ ਪਾਵ ਮਤਰ ਪਹੁੰਚੇ ਨਾ ਪਾਰ ਦੋਏ ਦਿਸਾ ਗਹੇ ਗਹਾਏ ਸੇ ਹਾਥ ਪਾਮ ਟੂਟੇ ਕੋਈ ਬੰਦਾ ਦਲਦਲ ਵਿੱਚ ਫਸਿਆ ਹੋਵੇ ਨੇੜੇੋਂ ਆਉਂਦੇ ਬੰਦੇ ਨੂੰ ਕਵੇ ਮੇਰੀ ਬਾਹ ਪਕੜ ਕੇ ਮੈਨੂੰ ਬਾਹਰ ਕੱਢ ਦੇ ਹਲੇ ਉਹ ਜੋਰ ਹੀ ਲਾ ਰਿਹਾ ਕਿ ਉਹਨਾਂ ਚਰਨੋਂ ਦੂਜੇ ਨੂੰ ਵੀ ਕਹਿ ਦਿੱਤਾ ਇੱਕ ਬਾਹ ਇੱਕ ਨੂੰ ਪਕੜਾ ਦਿੱਤੀ ਦੂਜੀ ਬਾਹ ਦੂਜੇ ਨੂੰ ਪਕੜਾ ਦਿੱਤੀ ਭਾਈ ਗੁਰਦਾਸ ਕਹਿੰਦੇ ਆਪਣੀਆਂ ਬਾਹਾਂ ਬਾਵਾ ਕੜਵਾ ਬੈਠੇਗਾ ਪਰ ਦਲਦਲ ਚੋਂ ਨਹੀਂ ਨਿਕਲ ਸਕਦਾ ਦੋਏ ਭੂਪ ਤਾਕ ਕੋ ਗਾਉ ਪਰ ਜਨ ਸੁਖੀ ਹੋਤ ਦੋਏ ਪੁਰਖਨ ਕੀ ਨ ਕੋਲਾ ਬਦੂ ਨਾਰ ਹੈ ਭਾਈ ਗੁਰਦਾਸ ਕਹਿੰਦੇ ਗੁਰ ਸਿੱਖ ਹੋਏ ਦਾਵਾ ਕਰੇ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਉੱਚੀ ਉੱਚੀ ਆਵਾਜ਼ ਵਿੱਚ ਗਾਏ ਸਭ ਤੋਂ ਵੱਡਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਨੇ ਭਲਿਆ ਤੇਰੇ ਲਈ ਕਾ ਦਾ ਵੱਡਾ ਹੋਇਆ ਜੇ ਤੂੰ ਇੱਕ ਦਾ ਦਰ ਛੱਡ ਕੇ ਤੇ ਸੁਖਣਾ ਸੁਖ ਦਾ ਫਿਰਦਾ ਥਾਂ ਥਾਂ ਤੇ ਝੁਗਦਾ ਥਾਂ ਥਾਂ ਤੇ ਤੇਰੇ ਲਈ ਵੱਡਾ ਤੇ ਗੁਰੂ ਨਾਨਕ ਉਹ ਦਿਨ ਹੋਏਗਾ ਜਿਸ ਦਿਨ ਤੇਰੇ ਦਿਲ ਦੇ সিংহাসਨ ਉੱਤੇ ਗੁਰੂ ਨਾਨਕ ਤੋਂ ਸਿਵਾ ਹੋਰ ਕੋਈ ਬੈਠਾ ਹੀ ਨਾ ਹੋਵੇ ਗੁਰੂ ਨਾਨਕ ਬੈਠਾ ਹੋਵੇ ਉਦੋਂ ਤੇਰੇ ਭਾ ਦਾ ਵੱਡਾ ਨਹੀਂ ਤੇ ਗੁਰੂ ਅਰਜਨ ਸਾਹਿਬ ਨੇ ਤਾਂ ਮਹਿਸੂਸ ਕਰਕੇ ਅੰਦਰੋਂ ਉਸ ਆਨੰਦ ਨੂੰ ਮਾਣ ਕੇ ਲਿਖ ਦਿੱਤਾ ਪਰ ਤੇਰੀ ਆਤਮਾ ਉਦੋਂ ਦੁਹਾਈ ਦੇਗੀ ਜਿਸ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਕੜਨ ਤੋਂ ਬਾਅਦ ਤੇਰੀ ਅੱਖ ਕਿਸੇ ਹੋਰ ਵਾਲੇ ਪਾਸੇ ਦੇਖੇ ਹੀ ਨਾ ਭਾਈ ਗੁਰਦਾਸ ਕਹਿੰਦੇ ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ ਸਹਜਮ ਡੰਡ ਤ੍ਰਿਕ ਜੀਵਨ ਸੰਸਾਰ ਹੈ ਹੋਰ ਹੋਰ ਆਸਰੇ ਜੀਵਨ ਵਿੱਚ ਤੱਕਦਾ ਉਹ ਜੀਵਨ ਤਰਕਾਰ ਜੋਗ ਹੈ ਅੱਗੇ ਵਧੀਏ ਅਗਲੇ ਸ਼ਲੋਕਾਂ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿਤਾ ਆੜਿਆ ਹੀੜਾ ਜਲੈ ਮਜੀਠ 'ਚ ਉੱਪਰ ਅੰਗਾਰਾ ਇਹਦੇ मीनिंग ਕਰਾਂਗੇ ਵਾਰਿਆ ਹੁੰਦਾ ਵਾਰਿਆ ਦਾ ਅਰਥ ਹੁੰਦਾ ਹੁੰਦਾ ਦਾ ਅਰਥ ਹੈ ਜੋ ਕੁਝ ਆਪਣੇ ਕੋਲ ਹੈ ਜੇ ਮੈਂ ਹੁੰਦਾ ਵਾਰਿਆ ਵਾਰਿਆ ਦਾ ਅਰਥ ਹੈ ਲੁਕੋਣਾ ਕਹਿੰਦੇ ਜੇ ਮੈਂ ਆਪਣੇ ਮਿੱਤਰਾਂ ਤੋਂ ਸੱਜਣਾ ਤੋਂ ਜਿਨ੍ਹਾਂ ਨਾਲ ਮੈਂ ਪਿਆਰ ਕਰਦਾ ਅੰਦਰੋਂ ਪ੍ਰੀਤ ਹੈ ਜੇ ਉਹਨਾਂ ਕੋਲੋਂ ਕੋਈ ਚੀਜ਼ ਲੁਕਾਵਾਂ ਤੇ ਮੇਰੀ ਜ਼ਿੰਦਗੀ ਇਵੇਂ ਸੜਦੀ ਹੈ ਜਿਵੇਂ ਅੱਗ ਉੱਤੇ ਮਜੀਠ ਸੜਦਾ ਸਤਿਗੁਰੂ ਨੇ ਬਾਣੀ ਵਿੱਚ ਮਿੱਤਰਤਾ ਦੀਆਂ ਨਾ ਕੁਝ ਨਿਸ਼ਾਨੀਆਂ ਤੇ ਕੁਝ ਨੁਕਤੇ ਦਰਸਾਏ ਨੇ ਅਸੀਂ ਦੁਨੀਆਵੀ ਤੌਰ ਤੇ ਵੀ ਫਰੈਂਡ ਸਰਕਲ ਬਣਾਉਂਦੇ ਆ ਰਿਸ਼ਤੇਦਾਰੀਆਂ ਨੇ ਦੇਖੋ ਗੁਰਬਾਣੀ ਦੀ ਇਹ ਖਾਸੀਅਤ ਹੈ ਕਿ ਸਾਬ ਨੇ ਜਿੱਥੇ ਅਧਿਆਤਮਕਤਾ ਦਿੱਤੀ ਨਾ ਉੱਥੇ ਸਾਨੂੰ ਸੰਸਾਰਿਕ ਤੇ ਪਰਿਵਾਰਿਕ ਜੀਵਨ ਜਿਉਣ ਦੀ ਜੁਗਤ ਸਿਖਾਈ ਹੈ ਕਿਤੇ ਗੁਰੂ ਕੋਲ ਆ ਕੇ ਇੱਕ ਮਾਂ ਬੈਠੇ ਮੈਂ ਕਿਵੇਂ ਸਿਆਣੀ ਮਾਂ ਬਣ ਸਕਦੀ ਆ ਕਿਤੇ ਗੁਰੂ ਕੋਲ ਆ ਕੇ ਇੱਕ ਪਿਤਾ ਬੈਠੇ ਮੈਂ ਪਿਤਾ ਦੇ ਫਰਜ਼ ਕਿਵੇਂ ਨਿਭਾ ਸਕਦਾ ਇੱਕ ਪੁੱਤਰ ਬੈਠੇ ਆ ਕੇ ਮੈਂ ਕਿਵੇਂ ਇੱਕ ਲਾਇਕ ਪੁੱਤਰ ਬਣ ਸਕਦਾ ਸੁਪੁੱਤਰ ਬਣ ਸਕਦਾ ਇੱਕ ਨੌ ਬੈਠੇ ਆ ਕੇ ਮੈਂ ਕਿਵੇਂ ਇੱਕ ਚੰਗੀ ਨੌ ਬਣ ਸਕਦੀ ਆ ਤੇ ਤੁਸੀਂ ਖਿਆਲ ਕਰਿਓ ਹਰ ਇੱਕ ਦੇ ਹਿੱਸੇ ਦਾ ਪ੍ਰਸਾਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਿਆ ਹੈ ਸਤਿਗੁਰੂ ਸਾਰਿਆਂ ਨੂੰ ਕਹਿੰਦੇ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਵਿੱਚ ਹੀ ਆ ਜਾਣਾ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸ ਹੋਂ ਕਰੀ ਜਿਤ ਵਸਾਵੀ ਕੰਤ ਇੱਕ ਬੱਚੀ ਪੁੱਛ ਰਹੀ ਹੈ ਨਾ ਤੇ ਮਹਾਰਾਜ ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆਂ ਮੰਤ ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਕ ਪੁੱਤਰ ਕਿਹੋ ਜਿਹਾ ਹੋਵੇ ਭਾਈ ਗੁਰਦਾਸ ਜੀ ਕਹਿੰਦੇ ਹੋਵੇ ਸਰਵਣ ਵਿਰਲਾ ਕੋਈ ਆਪਣੀ ਜ਼ਿੰਦਗੀ ਅੰਦਰ ਜਿਸ ਨੂੰ ਆਪਣੇ ਘਰ ਬੈਠੇ ਮਾਤਾ ਪਿਤਾ ਵਿੱਚ ਰੱਬ ਦਿਸਦਾ ਉਹਦੇ ਵਰਗਾ ਸਪੁੱਤਰ ਸੰਸਾਰ ਵਿੱਚ ਹੋਰ ਕੋਈ ਨਹੀਂ ਹੋ ਸਕਦਾ ਸੋ ਬੇਨਤੀ ਕਰ ਰਿਹਾ ਸਾਂ ਸਭ ਸੱਚੇ ਪਾਤਸ਼ਾਹ ਨੇ ਉੱਥੇ ਸਾਨੂੰ ਮਿੱਤਰਤਾ ਹੀ ਨਿਭਾਉਣ ਦਾ ਵੀ ਬਲ ਸਿਖਾਇਆ ਹੈ ਦੁਨੀਆ ਵੀ ਰਿਸ਼ਤੇਆਂ ਨੂੰ ਕਿਵੇਂ ਨਿਭਾਉਣਾ ਹੈ ਪਹਿਲੀ ਗੱਲ ਤਾਂ ਮਿੱਤਰਾਂ ਦੀ ਚੋਣ ਕਰਨ ਵੇੜੇ ਸੋਚਣਾ ਹੈ ਚੋਣ ਕਰਨ ਤੋਂ ਬਾਅਦ ਉਸ ਰਿਸ਼ਤੇ ਨੂੰ ਬੜੀ ਵਫਾਦਾਰੀ ਨਾਲ ਨਿਭਾਉਣਾ ਹੈ ਬਾਬਾ ਜੀ ਨੇ ਕਿਹਾ ਨਾ ਬਾਣੀ ਚ ਫਰੀਦਾ ਗੱਲੀ ਸੋ ਸੱਜਣ 20 ਇੱਕ ਟੁੰਡੇ ਦੀ ਨਾਲਾ ਗੱਲਾਂ ਵੜੇ ਤੈਨੂੰ 20 ਮਿਲਣਗੇ ਅੱਜ ਤੁਸੀਂ ਖੜੇ ਹੋ ਜੋ ਵੀ ਫਲਾਣੇ ਕਿਸੇ ਕੰਮ ਲਈ ਸਲਾਹ ਚਾਹੀਦੀ ਹੈ 100 ਬੰਦਾ ਤੁਹਾਨੂੰ ਸਲਾਹ ਦੇ ਦੇਗਾ ਪਰ ਦੁੱਖ ਵੇਲੇ ਜਦੋਂ ਫੋਨ ਚੁੱਕ ਕੇ ਲਾਉਂਗੇ ਨਾ ਵੀ ਕੁਝ ਮਦਦ ਵੀ ਚਾਹੀਦੀ ਹੈ ਤੋ ਕਹਿੰਦੇ ਉਹ ਕਿਸੇ ਹੋਰ ਤੋਂ ਲੈਣਾ ਉਸ ਵੇੜੇ ਕੋਈ ਨਾਲ ਖੜਨ ਵਾਲਾ ਨਹੀਂ ਗੱਲੀ ਸੋ ਸੱਜਣ 20 ਇੱਕ ਟੁੰਡੇ ਦੀ ਨਾ ਲਹਾ ਧੋਖਾ ਜਿਉ ਮਾਲੀ ਕਾਰਨ ਜਿੰਨਾ ਮਾਂ ਪਿਰੀ ਤੇ ਸਭ ਨੇ ਕੈਸੇ ਨਤੀਜੇ ਕੱਢੇ ਮਹਾਰਾਜ ਕਹਿੰਦੇ ਆਪਣੇ ਜੀਵਨ ਵਿੱਚ ਸੁਚੇਤ ਰਹਿਣਾ ਬਹੁਤਾ ਸੰਸਾਰ ਐਵੇਂ ਦਾ ਹੈ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੋਂ ਦਿਸ ਘੇਰਾ ਬੇਪਤ ਪਰਿ ਸਭੀ ਸੰਗ ਛਾੜਤ ਕੋ ਨ ਆਵਤ ਨਿਰਹਿ ਸਹਿਬ ਕਹਿੰਦੇ ਮਨ ਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦੇ ਅਸੀਂ ਭਜ ਜਾਣ ਕਦੇ ਨਾ ਪਾਇਨ ਬੰਧ ਜਿ ਚਰ ਪੈਨਣ ਖਾਬਣੇ ਅਸੀਂ ਕਹਿੰਦੇ ਵੀ ਬੜਾ ਸਾਡਾ ਪਿਆਰਾ ਹੈ ਅੱਗੇ ਪਿੱਛੇ ਜਕਾਰੇ ਛੱਡੀ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੇਰਾ ਪਿਆਰਾ ਨਹੀਂ ਤੇਰੇ ਬੋਝੇ ਵੱਲ ਦੇਖ ਰਿਆ ਜਿਚਰ ਪੈਨਨ ਖਾਬਣੇ ਤੇਚਰ ਰਖਨ ਗੰਧ ਗੰਢ ਜਿਸ ਦਿਨ ਕਚੂ ਨ ਹੋਵਈ ਤਿਤ ਦਿਨ ਬੋਲਨ ਗੰਧ ਜਦੋਂ ਜੀਵ ਚੋਂ ਮਾਲ ਖਤਮ ਹੋ ਜਾਂਦਾ ਨੇ ਫਿਰ ਕਹਿੰਦੇ ਵੀ ਇਹ ਬੰਦਾ ਤੇ ਕਿਸੇ ਕੰਮ ਦਾ ਨਹੀਂ ਰਿਆ ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਸੁਚੇਤ ਹੋਣਾ ਤੇ ਫਿਰ ਜਿਹਦੇ ਨਾਲ ਬਣਾ ਲਈ ਨਾ ਉਹਨੂੰ ਨਿਭਾਉਣਾ ਵੀ ਹੈ ਜੀਵਨ ਚ ਤੇ ਪ੍ਰੇਮ ਦੀਆਂ ਨਿਸ਼ਾਨੀਆਂ ਹਨ ਸਭ ਤੋਂ ਪਹਿਲਾਂ ਇਹ ਦੋ ਅੱਖਰਾਂ ਦੇ ਸੁਮੇਲ ਲਾਣ ਬਣਿਆ ਇਦਾ ਭਾਵ ਹੈ ਪਰੇ ਮੈਂ ਪ੍ਰੇਮ ਸ਼ਬਦ ਦਾ ਮੀਨਿੰਗ ਹੈ ਪਰੇ ਮੈਂ ਜਿੱਥੇ ਮੈਂ ਪਰੇ ਹੋ ਜੇ ਜੇ ਆਪਣੇ ਪਿਆਰੇ ਦੇ ਸਾਹਮਣੇ ਵੀ ਬੰਦਾ ਹੰਕਾਰ ਦਾ ਪ੍ਰਗਟਾਵਾ ਕਰਦਾ ਫਿਰ ਉਹ ਪ੍ਰੇਮੀ ਨਹੀਂ ਹੋ ਸਕਦਾ ਗੁਰੰਗਤ ਪਿਤਾ ਮਹਾਰਾਜ ਕਹਿੰਦੇ ਜਿਸ ਦਿਨ ਦੀ ਗੁਰੂ ਨਾਨਕ ਸਾਹਿਬ ਨਾਲ ਪ੍ਰੀਤ ਬਣ ਗਈ ਨਾ ਤੇ ਇੱਕ ਸਬਕ ਸਿੱਖ ਲਿਆ ਕਿ ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚਲੀਐ ਤ੍ਰਿਗ ਜੀਵਨ ਸੰਸਾਰ ਤੱਕੇ ਪਛੈ ਜੀਵਣਾ ਪਿਆਰੇ ਤੋਂ ਆਪਣਾ ਆਪਾ ਕੁਰਬਾਨ ਕਰ ਦਈਏ ਦੇਖੋ ਮਨੁੱਖ ਦੀ ਵਿਰਤੀ ਹੈ ਹਾਕਮੀ ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਮਨੁੱਖ ਤੱਕ ਹਰ ਬੰਦਾ ਚਾਹੁੰਦਾ ਮੈਂ ਕੁਝ ਕਿਸੇ ਤੋਂ ਕਰਾਵਾਂ ਹਾਕਮੀ ਵਿਰਤੀ ਹੈ ਪਰ ਕਹਿੰਦੇ ਪਿਆਰ ਦੀ ਨਿਸ਼ਾਨੀ ਇਹ ਹੀ ਹੈ ਜਦੋਂ ਬੰਦਾ ਪਿਆਰ ਵਿੱਚ ਜਿੰਦਾ ਤੇ ਕੁਝ ਕਰਾਉਂਦਾ ਨਹੀਂ ਸਗੋਂ ਕੁਝ ਕਰਦਾ ਹੈ ਉਹਦੀ ਇੱਕੋ ਇੱਛਾ ਹੁੰਦੀ ਮੈਂ ਆਪਣੇ ਪਿਆਰੇ ਲਈ ਕੁਝ ਕਰ ਜਾਵਾਂ ਸਤਿਗੁਰੂ ਕਹਿੰਦੇ ਪਹਿਲੀ ਨਿਸ਼ਾਨੀ ਪਰੇ ਮੈਂ ਦੂਜੀ ਨਿਸ਼ਾਨੀ ਸੱਚੇ ਪ੍ਰੇਮ ਦੀ ਹੈ ਕਿ ਉਸ ਪ੍ਰੇਮ ਅੰਦਰ ਕੋਈ ਲਾਲਚ ਨਾ ਹੋਵੇ ਸਵਾਰਥ ਨਾ ਹੋਵੇ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਆਪਾਂ ਵਿਚਾਰ ਰਹੇ ਆ ਤੇ ਉੱਥੇ ਹੀ ਗੱਲ ਆ ਜਾਣੀ ਹੈ ਕਹਿੰਦੇ ਫਰੀਦਾ ਜਾਂ ਲਬ ਧੰਨੇ ਕਿਆ ਮੀ ਪੈਦਾ ਵੈਨਾ ਮਸੱਲਾ ਧਾਰ ਬਰਸਾਤ ਹੁੰਦੀ ਹੋਵੇ ਜਿਵੇਂ ਪਿਛਲੇ ਦਿਨਾਂ ਵਿੱਚ ਇਸ ਸਾਲ ਚੰਗੇ ਮੀ ਪਏ ਐ ਤੇ ਬਹੁਤੀ ਵਾਰੀ ਜਿਹੜੇ ਮਜ਼ਬੂਤ ਲੈਂਟਰ ਸਨ ਉਹ ਵੀ ਕਿਤੇ ਨਾ ਕਿਤੇ ਸਲਾਵਟ ਉੱਥੇ ਵੀ ਜਿਹੜੇ ਆ ਬੂੰਦਾਂ ਟਪਕਣ ਲੱਗ ਪਈਆਂ ਉਹ ਵੀ ਲੋਕ ਔਖੇ ਹੋਏ ਤੇ ਜਿਹੜਾ ਬੰਦਾ ਕਿਸੇ ਛੱਪਰ ਦੇ ਥੱਲੇ ਉਸ ਮੁਸੱਲਾਤਾਰ ਬਰਸਾਤ ਨੂੰ ਰੋਕਣਾ ਚਾਹੇ ਖਲੋ ਕੇ ਬਾਬਾ ਫਰੀਦ ਸਾਹਿਬ ਕਹਿੰਦੇ ਕਿੰਨੀਕ ਦਿਨ ਬਚ ਸਕਦਾ ਹੈ ਕਿੰਨੀਕ ਦਿਨ ਬਚ ਸਕਦਾ ਜਾਂ ਲੱਬ ਤਾਂ ਨੇਕ ਆ ਲੱਬ ਤਾਂ ਕੂੜਾ ਨੇ ਕਿਚਰ ਝੱਤ ਲੰਗਾਈਏ ਛੱਪਰ ਟੁੱਟੇ ਮੇ ਇਸੇ ਤਰ੍ਹਾਂ ਜਿਹੜਾ ਪਿਆਰ ਜੋ ਪ੍ਰੀਤ ਲਾਲਚ ਉੱਤੇ ਰੱਖਿਆ ਹੋਇਆ ਹੈ ਉਹ ਕੋਈ ਬਹੁਤਾ ਚਿਰ ਨਹੀਂ ਨਿਬੇਗੀ ਜਿਸ ਵੇੜੇ ਬੰਦੇ ਦਾ ਸਵਾਰਥ ਪੂਰਾ ਨਾ ਹੋਇਆ ਉਸ ਮੋਹ ਨੇ ਉਸ ਪਿਆਰ ਦੀਆਂ ਤੰਦਾਂ ਨੇ ਟੁੱਟ ਜਾਣਾ ਹੈ ਅਗਲੀ ਗੱਲ ਜਿਹੜੀ ਅੱਜ ਦੇ ਸ਼ਲੋਕ ਵਿੱਚ ਕਹੀ ਜੇ ਪਿਆਰੇ ਨਾਲ ਪਿਆਰ ਹੋਵੇ ਤੇ ਫਿਰ ਪਿਆਰੇ ਦੇ ਪਿਆਰ ਵਿੱਚ ਕਦੇ ਲੁਕਾ ਨਹੀਂ ਹੁੰਦਾ ਕਦੇ ਲੁਕਾ ਨਹੀਂ ਹੁੰਦਾ ਪਤੀ ਪਤਨੀ ਦਾ ਪਿਆਰ ਹੈ ਤੇ ਖੁੱਲੀ ਡਾਇਰੀ ਹੈ ਜੋ ਪਤੀ ਕੋਲ ਹੈ ਪਤਨੀ ਨੂੰ ਪਤਾ ਹੈ ਜੋ ਪਤਨੀ ਕੋਲ ਹੈ ਪਤੀ ਨੂੰ ਪਤਾ ਹੈ ਕਿਉਂਕਿ ਪਿਆਰ ਹੈ ਸਾਂਝਾ ਅੰਦਰੋਂ ਨਹੀਂ ਤੇ ਸਭ ਕਹਿੰਦੇ ਇਸੇ ਤਰ੍ਹਾਂ ਦੁਨਿਆਵੀ ਤੌਰ ਤੇ ਜਦੋਂ ਪਿਆਰ ਹੋਵੇ ਨਾ ਫਿਰ ਉੱਥੇ ਲੁਕਾ ਨਹੀਂ ਹੁੰਦਾ ਬਾਬਾ ਫਰੀਦ ਸਾਹਿਬ ਕਹਿੰਦੇ ਇਵੇਂ ਹੀ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਉਣੇ ਆ ਜੇ ਆਏ ਮਿੱਤਰਾਂ ਤੋਂ ਮੈਂ ਕੁਝ ਲੁਕੋ ਕੇ ਬਹਿ ਜਾਵਾਂ ਤੇ ਫਿਰ ਮੇਰਾ ਜੀਵਨ ਇਵੇਂ ਸੜਦਾ ਜਿਵੇਂ ਅੱਗ ਉੱਤੇ ਮਜੀਠ ਪਿਆ ਸੜਦਾ ਇਸ ਕਰਕੇ ਮੈਂ ਆਪਣੇ ਮਿੱਤਰਾਂ ਤੋਂ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਹਾਂ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਭ ਨੇ ਬਾਣੀ ਵਿੱਚ ਕੈਸੇ ਫੈਸਲੇ ਦਿੱਤੇ ਮਿੱਤਰ ਬਣਾਉਣੇ ਨੇ ਪਰ ਉਹ ਮਿੱਤਰ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਸਾੜੜੇ ਸੋਈ ਅਸੀਂ ਕਿੰਨੀ ਵਾਰੀ ਜੀਵਨ ਵਿੱਚ ਔਖੇ ਹੁੰਨੇ ਆ ਜਦੋਂ ਨੌਜਵਾਨ ਬੱਚਾ ਸਾਡੇ ਹੱਥੋਂ ਨਿਕਲਿਆ ਹੁੰਦਾ ਨਾ ਅਸੀਂ ਕਹਿੰਦੇ ਭਾਈ ਸਾਹਿਬ ਹੁਣ ਅਰਦਾਸ ਕਰੋ ਬੱਚਾ ਗੱਲ ਨਹੀਂ ਮੰਨਦਾ ਪਰ ਗੁਰੂ ਅਰਜਨ ਪਿਤਾ ਮਹਾਰਾਜ ਕਹਿੰਦੇ ਪਹਿਲਾ ਵਕਤ ਸਿਰਕ ਸੰਭਾਲ ਕਰਨੀ ਸੀ ਕਿ ਇਹ ਦੇਖਣਾ ਸੀਗਾ ਇਸ ਬੱਚੇ ਦਾ ਫਰੈਂਡ ਸਰਕਲ ਕੈਸਾ ਹੈ ਕਿ ਸੋਸਾਇਟੀ ਵਿੱਚ ਜਾ ਕੇ ਬੈਠ ਰਿਹਾ ਤੇ ਪਹਿਲੇ ਪਹਿਲਾਂ ਹੀ ਜੰਮਦੇ ਅਸੀਸ ਦੇਣ ਲੱਗਿਆ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਨਾ ਕਿ ਸੰਤ ਸੰਗ ਤੇਰੀ ਪ੍ਰੀਤ ਜਿੱਥੇ ਬਾਕੀ ਅਸੀਸਾਂ ਦਿੱਤੀਆਂ ਉਥੇ ਤੇਰਾ ਪਿਆਰ ਸੰਗਤ ਨਾਲ ਪੈਜੇ ਸੰਗਤ ਨਾਲ ਪੈਜੇ ਤੇ ਸੰਗਤ ਨਾਲ ਪਿਆ ਹੋਇਆ ਪਿਆਰ ਜਿਹੜਾ ਸਾਡੇ ਬੱਚੇ ਨੂੰ ਸੇਫ ਕਰ ਦਿੰਦਾ ਹੈ ਦੁਨੀਆਵੀ ਵਿਕਾਰਾਂ ਤੋਂ ਬੁਰਾਈਆਂ ਤੋਂ ਅਗਲੇ ਸ਼ਲੋਕਾਂ 'ਚ ਸਾਬ ਨੇ ਬਖਸ਼ਿਸ਼ ਕੀਤੀ ਕਹਿੰਦੇ ਸੰਸਾਰ ਦੀ ਬੜੀ ਹਾਸੋਹੀਣੀ ਹਾਲਤ ਐ ਕਿ ਫਰੀਦਾ ਲੋੜੈ ਦਾਖ ਬਜੌਰੀਆਂ ਕਿ ਕਰ ਬੀਜੈ ਜੱਟ ਹੰਡੈ ਓਨ ਕਤਾਇੰਦਾ ਪੈਂਦਾ ਲੋੜੈ ਪਟ ਲੋੜੈ ਦਾਖ ਬਜੌਰੀਆਂ ਇਹ ਉਦਾਹਰਣਾਂ ਦਿੱਤੀਆਂ ਨੇ ਜਿਵੇਂ ਕਿਸੇ ਵੀ ਇਲਾਕੇ ਵਿੱਚ ਜਾਈਏ ਆਪਾਂ ਉੱਥੋਂ ਦੀ ਕੋਈ ਨਾ ਕੋਈ ਚੀਜ਼ ਬੜੀ ਫੇਮਸ ਹੁੰਦੀ ਐ ਪ੍ਰਸਿੱਧ ਹੁੰਦੀ ਐ ਬੰਦਾ ਆਗਰੇ ਵਾਲੇ ਪਾਸੇ ਜਾਏ ਤੇ ਮੱਲੋ ਮੱਲੀ ਉੱਥੋਂ ਦਾ ਪੇਠਾ ਜਿਹੜਾ ਨਾ ਖਰੀਦ ਕੇ ਲਿਆਉਂਦਾ ਉਵੇਂ ਬਿਜੌਰ ਦੀਆਂ ਜੜੀਆਂ ਦਾਖਾਂ ਨੇ ਉਹ ਬੜੀ ਪ੍ਰਸਿੱਧ ਸਨ ਪੁਰਾਣੇ ਸਮੇਂ ਤੋਂ ਸਨ ਤੇ ਬਾਬਾ ਫਰੀਦ ਸਾਹਿਬ ਨੇ ਇਥੇ ਉਦਾਹਰਣ ਦਿੱਤੀ ਕਹਿੰਦੇ ਇੱਕ ਜੱਟ ਦੇਸੀ ਕਿਸਾਨ ਬੰਦਾ ਆਪਣੇ ਖੇਤ ਵਿੱਚ ਨਾ ਕੰਡਿਆਂ ਦਾ ਬੀਜ ਬੀਜ ਕੇ ਤੇ ਆਸ ਰੱਖਦਾ ਵੀ ਇਥੋਂ ਮੈਨੂੰ ਹੁਣ ਦਾਖਾਂ ਮਿਲਣਾ ਲੋੜਾ ਦਾਖ ਬਿਜੌਰੀਆਂ ਬਿਜੌਰ ਦੀਆਂ ਦਾਖਾਂ ਤੇ ਕਰਦਾ ਕੀ ਹੈ ਕਿ ਕਰ ਬੀਜੇ ਜੱਟ ਹੰਡ ਔਨ ਕਤਾਈ ਦਾ ਇਹਦੇ ਦੋ मीनिंग ਕੀਤੇ ਨੇ ਵਿਦਵਾਨਾਂ ਨੇ ਹੰਡੇ ਦਾ ਅਰਥ ਹੈ ਹੰਡਦਾ ਹੈ ਘੁੰਮਦਾ ਫਿਰਦਾ ਹੈ। ਉਨ ਕਤਾਈਂ ਦਾ ਕਹਿੰਦੇ ਉਨ ਕੱਤਦਾ ਫਿਰਦਾ ਹੈ ਥਾਂ-ਥਾਂ ਤੇ ਲੱਭਦਾ ਵੀ ਇੱਕ ਸਰੀਰ ਉੱਤੇ ਪਾਉਣ ਵਾਸਤੇ ਮੈਨੂੰ ਰੇਸ਼ਮੀ ਪੋਸ਼ਾਕ ਮਿਲੇ। ਦੂਜਾ ਮੀਨਿੰਗ ਕੀਤਾ ਹੈ ਹੰਡਾ ਉਨ ਕਤਾਈਂ ਦਾ ਹੰਡੀ ਹੋਈ ਉਨ ਜਿਹੜਾ ਸਵੈਟਰ ਬਣਾ ਕੇ ਜਾਂ ਕੋਈ ਪੋਸ਼ਾਕ ਬਣਾ ਕੇ ਕਈ ਸਾਲ ਪਾ ਲਿਆ ਪੁਰਾਣਾ ਹੋ ਗਿਆ ਉਹਨੂੰ ਫੇਰ ਦੁਬਾਰਾ ਉਧੇੜ ਕੇ ਹੰਡਾ ਉਨ ਕਤਾਈਂ ਦਾ ਉਹਨੂੰ ਕੱਤਦਾ ਫਿਰਦਾ ਹੈ ਉਹਦੀ ਵੈਲਿਊ ਕੀ ਹੈ? ਦੇ ਨਾਲ ਲੱਭਦਾ ਹੈ ਕਿ ਮੈਨੂੰ ਰੇਸ਼ਮੀ ਸੁੰਦਰ ਉਹ ਮਕਮਲੀ ਪੋਸ਼ਾਕ ਮਿਲੇ ਜਿਹੜੀ ਮੇਰੇ ਸਰੀਰ ਨੂੰ ਵੀ ਚੁਬੇ ਨਾ ਹੰਡਾ ਉਹਨ ਕਤਾਈਂ ਦਾ ਪੈਂਦਾ ਲੋੜਾ ਪਟ ਸ਼ੇਖ ਫਰੀਦ ਸਾਹਿਬ ਕਹਿੰਦੇ ਵੀ ਕਿ ਐਸਾ ਅਨਿਆ ਹੈ ਸੰਸਾਰ ਵਿੱਚ ਹੁਣ ਇਸ ਗੱਲ ਨੂੰ ਸਾਡੇ ਕਰਮਾਂ ਉੱਤੇ ਨਿਵੇੜਿਆ ਆਮ ਜੀਵਨ 'ਚ ਤੁਸੀਂ ਵੇਖੋ ਜ਼ਿੰਦਗੀ ਅਸੀਂ ਜੀਉਂਦੇ ਆ ਸਾਡੇ ਮਨ ਦਾ ਇੱਕ ਸੁਪਨਾ ਹੁੰਦਾ ਹੈ ਕਿ ਸੰਸਾਰਿਕ ਜੀਵਨ ਜੀਉਂਦਿਆਂ ਹੋਇਆਂ ਸਾਨੂੰ ਜ਼ਿੰਦਗੀ ਵਿੱਚ ਹਰ ਉਹ ਬੰਦਾ ਮਿਲੇ ਜਿਹੜਾ ਸਾਡੇ ਨਾਲ ਬੜਾ ਚੰਗਾ ਵਿਵਹਾਰ ਕਰੇ ਕੋਈ ਝੂਠ ਬੋਲਣ ਵਾਲਾ ਨਾ ਹੋਵੇ ਕੋਈ ਸਾਡੇ ਨਾਲ ਠੱਗੀ ਮਾਰ ਕੇ ਨਾ ਜਾਏ ਕੋਈ ਸਾਡਾ ਬੁਰਾ ਨਾ ਚਿਤਵੇ ਕਾਰੋਬਾਰੀ ਰੂਪ ਵਿੱਚ ਵੀ ਪਰਿਵਾਰਕ ਰੂਪ ਵਿੱਚ ਸਮਾਜਿਕ ਰੂਪ ਵਿੱਚ ਵੀ ਹੁਣ ਇਹ ਫਲ ਤੇ ਅਸੀਂ ਸਾਰੇ ਲੋਚ ਰਹੇ ਆ ਪਰ ਸਤਿਗੁਰੂ ਕਹਿੰਦੇ ਵੀ ਇਹ ਨਿਯਮ ਕਦੇ ਆਪਣੀ ਜ਼ਿੰਦਗੀ ਉੱਤੇ ਵੀ ਲਾਗੂ ਕਰਦੇ ਆ ਅਸੀਂ ਸਾਰਾ ਦਿਨ ਭਾਵੇਂ ਲੋਕਾਂ ਨਾਲ ਝੂਠ ਬੋਲੀਏ ਪਰ ਸਾਡੇ ਨਾਲ ਕੋਈ ਬਿਜ਼ਨਸ ਵਿੱਚ ਝੂਠ ਨਾ ਬੋਲ ਜਾਏ ਅਸੀਂ ਸਾਰਾ ਦਿਨ ਠੱਗੀ ਮਾਰਦੇ ਰਹੀਏ ਪਰ ਸਾਡੇ ਨਾਲ ਕੋਈ ਠੱਗੀ ਨਾ ਮਾਰ ਜੇ ਹੁਣ ਸਾਡੇ ਨਾਲ ਕੋਈ ਨਾ ਮਾਰ ਜੇ ਸਮਾਜ ਆਉਣਾ ਕਿੱਥੋਂ ਹੈ ਪੈਦਾ ਤੇ ਸਾਡੇ ਚੋਂ ਹੀ ਹੋਏਗਾ ਨਾ ਜੋ ਕੁਝ ਅਸੀਂ ਸਿੱਖੇ ਆ ਜੋ ਬੱਚਿਆਂ ਨੂੰ ਸਿਖਾਵਾਂਗੇ ਉਹੀ ਦੂਜਿਆਂ ਨੇ ਸਿੱਖਣਾ ਸਾਰਾ ਕੁਝ ਸਾਡੇ ਤੋਂ ਸ਼ੁਰੂ ਹੋਣਾ ਹੈ ਕਹਿੰਦੇ ਇਹ ਅਨਿਆ ਹੈ ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਨਾ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆ ਬੀਜ ਦਾ ਵਿਖ ਹੈ ਕਰਮ ਵਾਲੇ ਕਰਦਾ ساری ਜ਼ਿੰਦਗੀ ਤੇ ਫਲ ਚੰਗਾ ਲੱਭਦਾ ਵੈਸੇ ਇੱਕੋ ਇੱਕ ਦਰ ਹੈ ਕੁਦਰਤ ਦਾ ਘਰ ਹੈ ਰੱਬ ਜੀ ਦਾ ਜਿੱਥੇ ਮੇਰੇ ਮਾਲਕ ਜੀ ਨੇ ਬਿਲਕੁਲ ਨਿਆ ਕੀਤਾ ਹੋਇਆ ਬਿਲਕੁਲ ਨਿਆ ਕੀਤਾ ਦੁਨੀਆਵੀ ਤੌਰ ਤੇ ਕਹਿੰਦੇ ਕਿਤੇ ਕਿਤੇ ਅਨਿਆ ਹੋ ਸਕਦਾ ਪਰ ਰੱਬ ਜੀ ਦੇ ਘਰ ਦਾ ਬਿਲਕੁਲ ਨਿਆ ਹੈ ਪਾਤਸ਼ਾਹ ਦਾ ਬਚਨ ਬੜਾ ਪਿਆਰਾ ਪੜਦੇ ਆ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ ਵੈਸੇ ਗੁਰਬਾਣੀ ਵਿੱਚ ਵੀ ਜ਼ਿਕਰ ਹੈ ਆਪਾਂ ਗੱਲ ਕਰਦੇ ਆਂ ਵੀ ਬੰਦੇ ਦੇ ਕੀਤੇ ਕਰਮ ਜਿਹੜੇ ਨੇ ਨਾ ਉਹਨਾਂ ਦਾ ਰਿਜ਼ਲਟ ਬੰਦੇ ਨੂੰ ਅੱਗੇ ਜਾ ਕੇ ਭੋਗਣਾ ਪੈਂਦਾ ਪਰ ਮੈਂ ਕਈ ਵਾਰੀ ਸੋਚਦਾ ਸਤਿਗੁਰੂ ਦੀ ਬਾਣੀ ਕਹਿੰਦੀ ਐ ਕਰ ਕਰੇ ਸੋ ਐ ਕਰ ਪਾਏ ਅੱਗੇ ਦੀ ਵੀ ਗੱਲ ਨਹੀਂ ਉਹ ਇਸੇ ਵੇਲੇ ਭੋਗ ਰਿਹਾ ਜੀਵਨ 'ਚ ਤੁਸੀਂ ਵੇਖੋ ਕਿਸੇ ਬੰਦੇ ਨੇ ਕਰੋਧ ਕੀਤਾ ਗੁੱਸਾ ਕੀਤਾ ਗੁੱਸਾ ਕੀਆ ਅਵਗਣ ਹੈ ਜਿਸ ਵੇਲੇ ਉਹਨੇ ਗੁੱਸਾ ਕੀਤਾ ਨਾ ਆਪ ਦੇ ਮੱਥੇ ਉੱਤੇ ਤੀਉਣੀਆਂ ਪੈ ਗਈਆਂ ਦੰਦ ਨਾਲ ਦੰਦ ਵੱਜਦੇ ਨੇ ਕੁਸੇ ਗੁੱਸੇ ਨਾਲ ਭਰਿਆ ਹੋਇਆ ਕਰੋਧਿਤ ਬੰਦਾ ਜਦੋਂ ਅਪਸ਼ਬਦ ਕਿਸੇ ਨੂੰ ਬੋਲਣ ਲੱਗਾ ਤੇ ਆਪ ਕਿੰਨਾ ਫੀਲ ਕਰ ਰਿਹਾ ਉਹਦੀ એનર્ਜੀ ਸਰੀਰ ਦੀ ਕਮਜ਼ੋਰ ਹੋ ਚੁੱਕੀ ਹੈ ਇਹਦਾ मीनिंग ਹਲੇ ਉਹਨੇ ਕਿਸੇ ਨੂੰ ਦੋ ਸ਼ਬਦ ਕੌੜੇ ਬੋਲ ਕੇ ਸਾਲ ਨਹੀਂ ਹੈ ਪਰ ਉਸ ਤੋਂ ਪਹਿਲਾਂ ਆਪ ਸੜਦਾ ਪਿਆ ਜਿਵੇਂ ਮਾਚਸ ਅੱਗ ਲਾਉਂਦੀ ਹੈ ਨਾ ਉਹ ਦੂਜੇ ਨੂੰ ਬਾਦ ਨੂੰ ਸਾੜਦੀ ਸਭ ਤੋਂ ਪਹਿਲਾਂ ਆਪ ਸੜ ਜਾਂਦੀ ਹੈ ਤੇ ਸਤਿਗੁਰ ਬਾਣੀ ਵਿੱਚ ਕਹਿੰਦੇ ਨਾਨਕ ਫਿੱਕਾ ਬੋਲੇ ਹਨ ਤਨ ਮਨ ਫਿੱਕਾ ਹੋਏ ਉਹ ਬੀਜੇ ਹੋਏ ਬੀਜ ਦਾ ਰਿਜ਼ਲਟ ਨਤੀਜਾ ਜਿਹੜਾ ਨਾਲ ਦੇ ਨਾਲ ਹੀ ਸਾਹਮਣੇ ਆ ਗਿਆ ਨਾਲ ਦੇ ਨਾਲ ਹੀ ਸਾਹਮਣੇ ਆ ਗਿਆ ਇਸ ਕਰਕੇ ਭਾਈ ਸੰਸਾਰ ਅੰਦਰ ਸਾਡੇ ਕਰਮ ਬੀਜ ਨੇ ਔਰ ਸਾਡਾ ਜਿਹੜਾ ਸਰੀਰ ਹੈ ਨਾ ਇਹ ਖੇਤ ਹੈ ਤੇ ਬੜਾ ਨਿਆਹ ਹੈ ਕਿ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ ਜੋ ਕੁਝ ਬੀਜਾਂਗੇ ਉਹ ਸਾਨੂੰ ਪ੍ਰਾਪਤ ਹੋਏਗਾ ਜੋ ਕੁਝ ਪਾਵਾਂਗੇ ਧੰਗੁਰੂ ਅਰਜੁਨ ਪਿਤਾ ਮਹਾਰਾਜ ਨੇ ਕਿਹਾ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਵਰ ਤੇ ਭੁੱਲੇ ਆ ਵਿਆਪਨ ਸਬੇ ਰੋਗ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਅਜ ਦੁੱਖ ਆਏ ਨੇ ਦੁੱਖ ਕਿਸੇ ਦੂਜੇ ਨੇ ਨਹੀਂ ਦਿੱਤੇ ਬੰਦੇ ਦੀ ਵਰਤੀ ਹੈ ਕਿ ਸਦਾ ਹੀ ਆਪਣੀ ਜ਼ਿੰਦਗੀ ਦੀਆਂ ਤਕਲੀਫਾਂ ਦੁੱਖ ਦੂਜੇ ਉੱਤੇ ਥੋਪਦਾ ਕਹੇਗਾ ਜੀ ਮੇਰੇ ਗਵਾਂਢੀ ਨੇ ਕੁਝ ਕਰਵਾ ਦਿੱਤਾ ਕਹੇਗਾ ਫਲਾਣੇ ਕਰਕੇ ਮੈਨੂੰ ਜ਼ਿੰਦਗੀ ਵਿੱਚ ਦੁੱਖ ਆ ਗਿਆ ਇਥੋਂ ਤੱਕ ਕੇ ਬਹੁਤੀ ਵਾਰੀ ਗੁਰੂ ਤੇ ਰੱਬ ਨੂੰ ਵੀ ਨਹੀਂ ਛੱਡਦਾ ਸ਼ਬਦ ਕਹਿੰਦਾ ਪਤਾ ਨਹੀਂ ਕਿਹੜੀ ਕਰੋਪੀ ਰੱਬ ਨੇ ਲਿਆ ਕੇ ਸਿਰ ਤੇ ਰੱਖ ਦਿੱਤੀ ਮੈਂ ਤੇ ਐਸਾ ਹੈ ਹੀ ਨਹੀਂ ਸੀ ਕੋਈ ਮਾੜਾ ਕਰਮ ਜੀਵਨ ਵਿੱਚ ਕੀਤਾ ਹੀ ਨਹੀਂ ਪਰ ਸਤਿਗੁਰੂ ਭਰਮ ਦਾ ਪਰਦਾ ਅੱਖਾਂ ਤੋਂ ਲਾਉਂਦਿਆਂ ਹੋਇਆਂ ਸਾਨੂੰ ਸੁਚੇਤ ਕਰਦੇ ਨੇ ਭਾਈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੀਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਆਵਰ ਜਣਾ ਕਿਸੇ ਦੂਜੇ ਨੂੰ ਦੋਸ਼ੀ ਨਾ ਠਹਿਰਾ ਜੋ ਤੂੰ ਕੀਤਾ ਉਹ ਤੂੰ ਜੀਵਨ ਵਿੱਚ ਪ੍ਰਾਪਤ ਕਰ ਰਿਹਾ ਇਸ ਲਈ ਲੋੜੈ ਦਾਖ ਬਜੋਰੀਆਂ ਕਿਕਰ ਬੀਜੈ ਜੱਟ ਹੰਡੈ ਉਹਨ ਕਤਾਈਂ ਦਾ ਪੈਦਾ ਲੋੜੈ ਪੱਟ ਅਗਲੇ ਦੋ ਸਲੋਕਾਂ ਵਿੱਚ ਬਾਬਾ ਫਰੀਦ ਸਾਹਿਬ ਨੇ ਕਿਰਪਾ ਕੀਤੀ ਫਰੀਦਾ ਗੱਲੀਏ ਚੱਕੜ ਦੂਰ ਘਰ ਨਾਲ ਪਿਆਰੇ ਨਹੀਂ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨਹੀਂ ਰੱਬੀ ਮਿਲਾਪ ਵਾਸਤੇ ਸਾਨੂੰ ਸਭ ਤੋਂ ਵੱਡਾ ਸਾਧਨ ਜੀ ਗੁਰੂ ਸਾਹਿਬ ਨੇ ਕੋਈ ਦਿੱਤਾ ਤੇ ਉਹ ਹੈ ਪਰਮਾਤਮਾ ਦਾ ਪਿਆਰ ਦੁਨੀਆ ਅੰਦਰ ਬੜੇ ਤਰੀਕੇ ਅਪਣਾਏ ਗਏ ਕਿਸੇ ਨੇ ਸਰੀਰ ਦੇ ਤਪ ਦੀ ਗੱਲ ਕੀਤੀ ਜਪ ਦੀ ਗੱਲ ਕੀਤੀ ਕਰ ਗ੍ਰਸਤੀ ਤਿਆਗ ਕੇ ਜੰਗਲਾਂ ਵਿੱਚ ਭਟਕਣ ਦੀ ਗੱਲ ਕੀਤੀ ਪਰ ਬਾਬੇ ਨਾਨਕ ਦੇ ਘਰ ਨੇ ਸਾਰੀਆਂ ਸਾਰੇ ਕਰਮ ਕਾਂਡ ਸਾਰੀਆਂ ਚੀਜ਼ਾਂ ਉੱਤੇ ਕਾਂਟਾ ਫੇਰ ਦਿਆ ਹੋਇਆ ਇੱਕ ਸਬਕ ਰੋਜ਼ ਪੜ੍ਹਾ ਦਿੱਤਾ ਸੱਚ ਕਹੋ ਸੋਨ ਲੈ ਹੋ ਸਬੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇ ਤੂੰ ਵੇਖੋ ਨਾ ਬਾਬਾ ਫਰੀਦ ਸਾਹਿਬ ਦੀ ਬਾਣੀ ਵਿੱਚ ਕਿੱਡਾ ਪਿਆਰਾ ਸੰਵਾਦ ਆਉਣਾ ਹੈ ਅੱਗੇ ਜਾ ਕੇ ਜਦੋਂ ਸਵਾਲ ਖੜਾ ਹੋਏਗਾ ਨਾ ਕਿ ਮੇਰੇ ਅੰਦਰ ਇੱਕ ਚਾਹੋ ਹੈ ਪ੍ਰਮਾਤਮਾ ਨੂੰ ਪਾਉਣ ਦਾ ਤੇ ਇਹ ਲਗਨ ਇੰਨੀ ਤਿਬਰ ਹੋ ਚੁੱਕੀ ਹੈ ਕਿ ਮੈਂ ਹਰ ਕਰਮ ਕਰਨ ਲਈ ਤਿਆਰ ਆਂ ਕਿ ਪੈਰੀ ਥਕਾਂ ਸਿਰ ਜੁਲਾ ਜੇ ਮੂੰਹ ਪਰੀ ਮਿਲਨ ਜੇ ਮੈਨੂੰ ਰੱਬ ਮਿਲਦਾ ਹੋਵੇ ਨਾ ਤੇ ਤਨ ਤਨ ਤਪੇ ਤੰਦੂਰ ਜਿਉ ਬਲਣ ਹੱਡ ਬਲਨ ਮੇਰਾ ਤਨ ਤੰਦੂਰ ਦੀ ਤਰ੍ਹਾਂ ਬਲ ਜਾਏ ਮੇਰੇ ਹੱਡ ਵਿੱਚ ਲੱਕੜ ਦੀ ਕੋਲੇ ਦੀ ਤਰ੍ਹਾਂ ਸੜ ਜਾਣ ਮੈਂ ਪੈਰਾਂ ਵਾਲੇ ਪਾਸਿਓਂ ਤੁਰਨੋਂ ਹਟ ਜਾਵਾਂ ਤੇ ਰੱਬ ਜੀ ਦੇ ਘਰ ਜਾਣ ਲਈ ਮੈਂ ਸਿਰ ਵਾਲੇ ਪਾਸਿਓਂ ਵੀ ਤੁਰਨ ਲਈ ਤਿਆਰ ਪੈਰੀ ਥੱਕਾਂ ਸਿਰ ਝੁਲਾ ਜੇ ਮੂੰਹ ਮੂੰਹ ਦਾ ਮੀਨਿੰਗ ਹੈ ਮੈਂ ਮੈਨੂੰ ਜੇ ਮੂਹ ਪ੍ਰੀ ਮਿਲਣ ਜੇ ਮੈਨੂੰ ਐਵੇਂ ਰੱਬ ਮਿਲਦਾ ਹੋਵੇ ਤੇ ਅਗੋ ਕੱਡਾ ਪਿਆਰਾ ਜਵਾਬ ਆਇਆ ਸਭ ਕਹਿੰਦੇ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀਂ ਕਿਆ ਫੇੜਿਆ ਫੇੜਿਆ ਦਾ ਮੀਨਿੰਗ ਹੈ ਵਿਗਾੜਿਆ ਹੱਥਾਂ ਨੇ ਪੈਰਾਂ ਨੇ ਤੇਰਾ ਕੀ ਵਿਗਾੜਿਆ ਤੂੰ ਨੰਗੇ ਪੈਰੀ ਤੁਰਿਆ ਫਿਰਦਾ ਤੂੰ ਔਖਾ ਹੁੰਦਾ ਏ ਜ਼ਿੰਦਗੀ ਵਿੱਚ ਸਿਰ ਪੈਰੀਂ ਕਿਆ ਫੇੜਿਆ ਅੰਦਰ ਪ੍ਰੀ ਸੰਭਾਲ ਪਿਆਰ ਨਾਲ ਅੰਦਰੋਂ ਸਤਨਾਮ ਵਾਹਿਗੁਰੂ ਕਿਆ ਕਰ ਅੰਦਰੋਂ ਕਿਆ ਕਰ ਅੰਦਰ ਪ੍ਰੀ ਸੰਭਾਲ ਅੰਦਰੋਂ ਚੇਤੇ ਕਰ ਤੂੰ ਰੱਬ ਦੇ ਨੇੜੇ ਹੋ ਜਾਏਂਗਾ ਪ੍ਰਮਾਤਮਾ ਦਾ ਪਿਆਰਾ ਹੋ ਜਾਏਂਗਾ ਇਸ ਲਈ ਮਹਾਰਾਜ ਜੀ ਨੇ ਸਾਰੀਆਂ ਚੀਜ਼ਾਂ ਉੱਤੇ ਕਾਂਟਾ ਫੇਰ ਦਿਆ ਹੋਇਆ ਪ੍ਰੇਮਾ ਭਗਤੀ ਦੀ ਦਾਤ ਸਾਨੂੰ ਦਿੱਤੀ ਸਾਨੂੰ ਦ੍ਰਿੜ ਕਰਵਾਇਆ ਕਿ ਜਿਸ ਹਿਰਦੇ ਅੰਦਰ ਰੱਬ ਜੀ ਦੀ ਭਗਤੀ ਪ੍ਰੇਮਾ ਭਗਤੀ ਪੈਦਾ ਹੋ ਜੇ ਪਰਮਾਤਮਾ ਉਸ ਦਰ ਦੀ ਪ੍ਰਕਰਮਾ ਕਰਦਾ ਹੈ ਬਾਬਾ ਫਰੀਦ ਸਾਹਿਬ ਅੱਜ ਦੇ ਸਲੋਕ ਵਿੱਚ ਕਹਿੰਦੇ ਗਲੀਆਂ ਚਿੱਕਣ ਦੂਰ ਕਰ ਪਰ ਇਸ ਪ੍ਰੇਮਾ ਭਗਤੀ ਨੂੰ ਨਿਭਾਉਣ ਲਈ ਵੀ ਰੁਕਾਵਟਾਂ ਬੜੀਆਂ ਨੇ ਰੁਕਾਵਟਾਂ ਹੀ ਸਨ ਤਾਂ ਹੀ ਭਗਤਾਂ ਨੇ ਇਸ ਪ੍ਰੇਮਾ ਭਗਤੀ ਦਾ ਜ਼ਿਕਰ ਕਰਦੇ ਆ ਬਾਣੀ ਵਿੱਚ ਕਿਹਾ ਸਾਚੀ ਪ੍ਰੇਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਿਉਂਕਿ ਬੜੀ ਵਿਖਮ ਹੈ ਮੈਂ ਤੋ ਮੋਲ ਮਹੰਗੀ ਲਈ ਜੀ ਸਟੈ ਬਾਬਾ ਰਵਿਦਾਸ ਜੀ ਕਹਿੰਦੇ ਬੜੀ ਮਹੰਗੀ ਲਈ ਹੈ ਕਿੰਨੀਕ ਮਹੰਗੇ ਲਈ ਆਪਣੀ ਜਿੰਦ ਦੇ ਦਿੱਤੀ ਇਹਦੇ ਬਦਲੇ ਤੇ ਇਹ ਕਿੱਡੀ ਕੀਮਤੀ ਹੈ ਕਿ ਭਗਤ ਕਬੀਰ ਸਾਹਿਬ ਕਹਿੰਦੇ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰ ਜੋ ਤਨ ਜੀ ਰਹਿ ਅੰਗ ਨਾ ਮੋਰੋ ਪਿੰਡ ਪਰੈ ਤੋ ਪ੍ਰੀਤ ਨਾ ਤੋਰੋ ਸਰੀਰ ਦੇ ਟੁਕੜੇ ਹੋ ਜਾਣ ਮੈਂ ਪ੍ਰੀਤ ਫੇਰ ਵੀ ਨਹੀਂ ਛੱਡਾਂਗਾ ਇਹ ਪ੍ਰੀਤ ਕਿੰਨੀ ਮਹਿੰਗੀ ਹੈ ਕਿਤੇ ਮੁੱਲ ਤਾਰਨਾ ਹੋਵੇ ਨਾ ਤੇ ਚਾਂਦ ਨਹੀਂ ਚੌਂਕ ਸੁਰਤ ਰਜਾ ਕੇ ਭਾਈ ਮਤੀ ਦਾਸ ਨੂੰ ਪੁੱਛਣਾ ਕਿੰਨੀ ਕੁ ਮਹਿੰਗੀ ਹੈ ਕਬੀਰ ਸਾਹਿਬ ਨੇ ਤੇ ਸ਼ਲੋਕ ਕਿਹਾ ਅੰਮ੍ਰਿਤ ਬਚਨ ਕਹੇ ਤੇ ਮੰਨੋ ਚਾਂਦਨੀ ਚੌਕ ਸਾਹਮਣੇ ਜਿਹੜਾ ਚੌਕ ਬਣਿਆ ਹੈ ਨਾ ਗੁਰਦੁਆਰਾ ਸਾਹਿਬ ਦੇ ਉੱਤੇ ਖਲੋ ਕੇ ਭਾਈ ਮਤੀ ਦਾਸ ਨੇ ਇਹਦੀ ਵਿਆਖਿਆ ਕਰ ਦਿੱਤੀ ਜਦੋਂ ਜਲਾਦ ਕਹਿੰਦਾ ਵੀ ਫੈਸਲਾ ਤੇ ਤੁਸਾਂ ਕਰ ਹੀ ਲਿਆ ਤੇ ਅਖੀਰ ਕੋਈ ਖੁਆਇਸ਼ ਹੋਵੇ ਕਿਉਂਕਿ ਕੁਦਰਤ ਹੀ ਨਿਯਮ ਹੈ ਕਿ ਜਦੋਂ ਬੰਦੇ ਨੂੰ ਸੂਲੀ ਚਾੜਿਆ ਜਾਏ ਮੌਤ ਦੀ ਸਜ਼ਾ ਦਿੱਤੀ ਜਾਏ ਤੇ ਉਹਦੀ ਕੋਈ ਇੱਛਾ ਪੁੱਛੀ ਜਾਂਦੀ ਹੈ ਤੇ ਭਾਈ ਮਤੀ ਦਾਸ ਕਹਿੰਦੇ ਭਲਿਆ ਜੇ ਤੂੰ ਪੁੱਛਣ ਆਏ ਨਾ ਤੇ ਫਿਰ ਇੱਕ ਕੰਮ ਕਰਨਾ ਜਦੋਂ ਸਰੀਰ ਦੇ ਟੁਕੜੇ ਹੋਵਣ ਤੇ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਸਿੱਕੇ ਦੀ ਤੇ ਇੱਛਾ ਅਖੀਰ ਤੱਕ ਇਹ ਰਹਿੰਦੀ ਹੈ ਜਿਉਂ ਪ੍ਰਾਣੀ ਜਲ ਵਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਏ ਗੁਰੂ ਦਾ ਸ਼ਬਦ ਸਿੱਖ ਦੀ ਸੁਰਤ ਵਿੱਚ ਇਵੇਂ ਟਿਕਿਆ ਹੋਇਆ ਜਿਵੇਂ ਪਪੀਹਾ ਸਵਾਂਤ ਦੀ ਬੂੰਦ ਲਈ ਤੜਫਦਾ ਤੇ ਦੂਜੀ ਗੱਲ ਬਾਣੀ ਜਪਜੀ ਸਾਹਿਬ ਦੀ ਆਰੰਭ ਕਰਨ ਲੱਗਾ ਜਦੋਂ ਤੱਕ ਭੋਗ ਨਾ ਪਹੇਜੇ ਉਦੋਂ ਤੱਕ ਸਰੀਰ ਦੇ ਦੁੱਟ ਟੁਕੜੇ ਨਾ ਕਰਨਾ ਬੜੇ ਪਿਆਰੇ ਬਚਨ ਅਦੀਵ ਨੇ ਲਿਖੇ ਨੇ ਕਹਿੰਦਾ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਕਾਜੀ ਨੂੰ ਵੀ ਲੱਗਾ ਵੀ ਗੱਲਾਂ ਕਰਨੀਆਂ ਸੌਖੀਆਂ ਨੇ ਜਜ਼ਬਾਤੀ ਹੋ ਜਾਂਦਾ ਬੰਦਾ ਪਰ ਜਦੋਂ ਸਿਰ ਤੇ ਪੈਂਦੀ ਹੈ ਫਿਰ ਪਤਾ ਲੱਗਦਾ ਸਾਇਦ ਡੋਲਿਆ ਹੋਵੇ ਤਿੱਖੇ ਦੰਦੇ ਸਿਰ ਨੂੰ ਵੱਜੇ ਨੇ ਜਾ ਕੇ ਤਾਂ ਕਰਕੇ ਕਹਿੰਦਾ ਸੁਣ ਕਾਜੀ ਧਰ ਤੀਰ ਰੁਕ ਜਾ ਪਰ ਅੱਗੋਂ ਜਵਾਬ ਆਇਆ ਕਹਿੰਦਾ ਮੈਂ ਤੈਨੂੰ ਇਹਦਾ ਸਵਾਦ ਦੱਸਣ ਲਈ ਰੋਕਿਆ ਹੈ ਬੇਨਤੀ ਕਰਨੀ ਚਾਹੁੰਦਾ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਤਰ ਤੀਰ ਰੋਮ ਰੋਮ ਵਿੱਚ ਬੈਂੜੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਪਾਉਂਦਾ ਧਰਮ ਛੱਡਣਾ ਪਾਪ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ ਇਹ ਤੋਂ ਮੋਲ ਮਹਿੰਗੀ ਲਈ ਸੌਖੀ ਨਹੀਂ ਹੈ ਤਾਂ ਹੀ ਬਾਬਾ ਫਰੀਦ ਸਾਹਿਬ ਕਹਿੰਦੇ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਗਲੀ ਵਿੱਚ ਚਿੱਕੜ ਐ ਪਿਆਰੇ ਦਾ ਘਰ ਦੂਰ ਐ ਪਰ ਨੇਹ ਐ ਅੰਦਰੋਂ ਵਜਾ ਲੱਗਾ ਹੋਇਆ ਚੱਲਾਂ ਤਾਂ ਭਿੱਜਿਆ ਕੰਬਲੀ ਰਾਹਾਂ ਤਾਂ ਟੁੱਟੈ ਨੇ ਚੱਲਦੇ ਤੇ ਕੰਬਲੀ ਭਿੱਜ ਜਾਂਦੀ ਐ ਜੇ ਰਹਿ ਜਾਵਾਂ ਤੇ ਨੇਹ ਵਿੱਚ ਨੇਮ ਵਿੱਚ ਫਰਕ ਪੈ ਜਾਂਦਾ ਆਪਣੀ ਜ਼ਿੰਦਗੀ ਉੱਤੇ ਕਦੇ ਲਾਗੂ ਕਰਕੇ ਦੇਖਿਆ ਮੈਂ ਵੀ ਵਿੱਚ ਹੀ ਹਾਂ ਸਾਰੇ ਹੀ ਹਾਂ ਕਿ ਕਿਸੇ ਦਿਨ ਵੈਦਰ ਖਰਾਬ ਹੋਵੇ ਮੌਸਮ ਖਰਾਬ ਹੋਵੇ ਕੋਈ ਹੋਰ ਰੁਕਾਵਟ ਬਣੀ ਹੋਵੇ ਦੇ ਅੰਦਰੋਂ ਆਵਾਜ਼ ਆਈ ਹੋਵੇ ਮਨਾ ਜਿੰਨੇ ਮਰਜੀ ਜਿੰਨੇ ਮਰਜੀ ਔਖੇ ਹੋ ਜਾਈਏ ਪਰ ਗੁਰੂ ਦਾ ਦਰ ਨਹੀਂ ਛੱਡਣਾ ਉੱਥੇ ਜ਼ਰੂਰ ਹਾਜ਼ਰੀ ਭਰਨੀ ਹੈ ਅਜੇ ਥੋੜਾ ਜਿਹਾ ਕੰਨ ਤੱਤਾ ਹੋਇਆ ਤੇ ਚਲੋ ਜੀ ਛੱਡੋ ਕੋਈ ਗੱਲ ਨਹੀਂ ਕੱਲ ਨੂੰ ਸਹੀ ਪਰ ਜਿਨ੍ਹਾਂ ਦੇ ਅੰਦਰੋਂ ਆਵਾਜ਼ ਆਈ ਨਾ ਉਹਨਾਂ ਕਿਹਾ ਭਿਜੋ ਸਜੋ ਕੰਬਲੀ ਅੱਲਾ ਵਰਸੋਂ ਮੇ ਜਾਏ ਮਿਲਾਂ ਤਨ ਸਜਣਾ ਟੁੱਟੋ ਨਾਹੀ ਨੇ ਕਿਉਂਕਿ ਇਹ ਤਾਂ ਮੈਲ ਮੋਲ ਮਹਿੰਗੀ ਲਈ ਬੜੀ ਕੀਮਤੀ ਚੀਜ਼ ਹੈ ਚੀਜ਼ ਜਿੰਨੀ ਕੀਮਤੀ ਹੁੰਦੀ ਹੈ ਨਾ ਉਨੀ ਉਹਦੀ ਸੰਭਾਲ ਜ਼ਿਆਦਾ ਹੁੰਦੀ ਹੈ ਘਰਾਂ ਵਿੱਚ ਲੋਹੇ ਦੀਆਂ ਚੀਜ਼ਾਂ ਦਰਵਾਜ਼ੇ ਤੋਂ ਬਾਹਰ ਵੀ ਪਈਆਂ ਹੋਣਗੀਆਂ ਕਈ ਵਾਰ ਪਰ ਸੋਨੇ ਦੀ ਗਹਿਣੇ ਗੱਟੇ ਜਿਹੜੇ ਨੇ ਨਾ ਬੀਬੀਆਂ ਨੂੰ ਪੁੱਛ ਕੇ ਵੇਖਣਾ ਕਈ ਕਈ ਤਾਲੇ ਤੇ ਲੋਕ ਜਿਹੜੇ ਨੇ ਉਹਨਾਂ ਅੰਦਰ ਰੱਖਿਆ ਹੋਏ ਨੇ ਕਿਉਂਕਿ ਮਹਿੰਗੀ ਚੀਜ਼ ਹੈ ਸਭ ਕਹਿੰਦੇ ਭਲਿਆ ਤੈਨੂੰ ਸਿੱਖੀ ਦੀ ਤੈਨੂੰ ਰੱਬ ਦੇ ਇਸ਼ਕ ਤੇ ਪਿਆਰ ਦੀ ਕੀਮਤ ਦਾ ਪਤਾ ਲੱਗ ਸਕੇ ਤਾਂ ਹੀ ਤਾਂ ਰੋਜ਼ ਅਰਦਾਸ ਵਿੱਚ ਤੈਨੂੰ ਦੱਸਿਆ ਜਾਂਦਾ ਹੈ ਇਹ ਇੰਨੀ ਕੀਮਤੀ ਐ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਜਿਨ੍ਹਾਂ ਨੇ ਆਪਣੇ ਗਲਾਂ ਵਿੱਚ ਬੱਚਿਆਂ ਦੇ ਟੋਟੇ-ਟੋਟੇ ਕਰਾ ਕੇ ਹਾਰ ਪਵਾਲੇ ਪਰ ਧਰਮ ਨਹੀਂ ਹਾਰਿਆ ਇਡੀ ਮਹਿੰਗੀ ਸਿੱਖੀ ਐ ਇਡਾ ਮਹਿੰਗਾ ਧਰਮ ਐ ਤਾ ਕਰਕੇ ਤੈਨੂੰ ਰੋਜ਼ ਦੋਵੇਂ ਵਕਤ ਯਾਦ ਕਰਾਉਣਾ ਪੈਂਦਾ ਵੀ ਇਹਦਾ ਮੁੱਲ ਤੈਨੂੰ ਪਤਾ ਲੱਗ ਸਕੇ ਰੋਜ਼ ਦੱਸਣਾ ਪੈਂਦਾ ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ ਇਹ ਬੜਾ ਮੋਲਕ ਹੈ ਦੀ ਕੋਈ ਕੀਮਤ ਨਹੀਂ ਹੈ ਕੋਈ ਕੀਮਤ ਨਹੀਂ ਹੈ ਤੇ ਜਿਨ੍ਹਾਂ ਨੂੰ ਸਮਝ ਆ ਗਈ ਨਾ ਫਿਰ ਉਹ ਕਹਿੰਦੇ ਭਿਜੋ ਸਜੋ ਕੰਬਲੀ ਅੱਲਾ ਬਰਸੋ ਮੈਂ ਜਾਏ ਮਿਲ ਤੈਨ ਸਜਣਾ ਟੁੱਟੋ ਨਾ ਹੀ ਨੇ ਜੋ ਮਰਜੀ ਹੋ ਜੇ ਪ੍ਰੇਮ ਤੇ ਨੇਮ ਮੇਰੀ ਜ਼ਿੰਦਗੀ ਦਾ ਕਦੇ ਟੁੱਟੇ ਨਾ ਇਨੇ ਜੀ 25 ਸ਼ਲੋਕ ਜਿਹੜੇ 25 ਨੰਬਰ ਤੱਕ ਸ਼ਲੋਕਾਂ ਦੀ ਜੋ ਵਿਚਾਰ ਆਪਾਂ ਸਾਂਝੀ ਕੀਤੀ ਕੀਮਤੀ ਸਿੱਖਿਆਵਾਂ ਇੱਕ ਇੱਕ ਸ਼ਲੋਕ ਅੰਦਰ ਵੈਸੇ ਮੈਂ ਬੇਨਤੀ ਕਰਦਾ ਸ਼ਲੋਕ ਦਾ मीनिंग ਹੁੰਦਾ ਥੋੜੇ ਅੱਖਰਾਂ ਵਿੱਚ ਬਹੁਤੀ ਗੱਲ ਤੇ ਸ਼ਲੋਕ ਜਿਹੜਾ ਉਹ ਕਿਸੇ ਤੁਕਬੰਦੀ ਦਾ ਵੀ ਮਹਤਾਜ ਨਹੀਂ ਹੁੰਦਾ ਉਹ ਵੀ ਤੁਹਾਨੂੰ ਬਾਣੀ ਵਿੱਚੋਂ ਦਰਸ਼ਨ ਕਰਨ ਨੂੰ ਪ੍ਰਾਪਤ ਹੋਣਗੇ ਇਸ ਕਰਕੇ ਸ਼ਲੋਕ ਦੀ ਬੜੀ ਅਹਿਮੀਅਤ ਹੈ ਆਪਣੇ ਆਪ ਵਿੱਚ ਗੁਰੂ ਅੰਗਦ ਪਿਤਾ ਮਹਾਰਾਜ ਨੇ ਸਿਰਫ 63 ਸ਼ਲੋਕ ਹੀ ਉਚਾਰਨ ਕੀਤੇ ਨੇ ਬਾਣੀ ਅੰਦਰ ਪਰ ਇੱਕ ਇੱਕ ਸ਼ਲੋਕ ਬੜਾ ਕੀਮਤੀ ਹੈ ਗੁਰੂ ਸਾਹਿਬ ਦਾ ਇਹ ਤੇ ਬੜੇ ਹੀ ਪੰਥ ਪ੍ਰਸਿੱਧ ਸ਼ਲੋਕ ਨੇ ਕਬੀਰ ਸਾਹਿਬ ਤੇ ਫਰੀਦ ਸਾਹਿਬ ਦੇ ਅਕਸਰ ਹੀ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਤੇ ਬੜੀ ਸ਼ਰਧਾ ਨਾਲ ਉਸ ਤੋਂ ਪਹਿਲਾਂ ਸੁਣੇ ਜਾਂਦੇ ਨੇ ਤੇ ਕਿੰਨਾ ਚੰਗਾ ਹੋਵੇ ਜਦੋਂ ਅਸੀਂ ਭਾਵਨਾ ਨਾਲ ਉਸੇ ਵੇਲੇ ਸੁਣਦੇ ਹਾਂ ਸਾਡੀ ਸੁਰਤ ਵਿੱਚ ਇਹਨਾਂ ਦੇ ਅਰਥ ਟਿੱਕੇ ਹੋਵਣ ਐਸੀ ਭਾਵਨਾ ਨਾਲ ਇਥੋਂ ਦੇ ਸਮੂਚੇ ਪ੍ਰਬੰਧ ਨੇ ਬਾਬਾ ਅਮਰਦੀਪ ਸਿੰਘ ਜੀ ਪਰ ਆਪ ਸਾਰੀ ਸੰਗਤ ਨੇ ਰਲ ਮਿਲ ਕੇ ਉਪਰਾਲਾ ਕੀਤਾ ਸਤਿਗੁਰੂ ਮੇਰ ਕਰਨ ਅੱਜ ਦੀ ਦਾਸ ਦੀ ਸੇਵਾ ਸੀ ਇੰਨੀ ਸੇਵਾ ਕਰਦੇ ਆ ਹੋਇਆ ਬੇਅੰਤ ਭੁੱਲਾਂ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗੁਰੂ ਕੀ ਵਿਚਾਰ ਜੀਵਨ ਦਾ ਆਧਾਰ ਬਣਾਇਓ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ